ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਪ੍ਰੇਮੀ ਪਰਮੇਸ਼ਵਰ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਸਿਰਫ ਤੁਸੀਂ ਤਾਰੀਫ ਦੇ ਯੋਗ ਹੋ ਪ੍ਰਭੂ ਜੀ ਕਿਉਂਕਿ ਤੁਹਾਡੀ ਪਵਿੱਤਰ ਬਾਣੀ 'ਚ ਲਿਖਿਆ ਪ੍ਰਭੂ ਜੀ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਹੋਰ ਦੂਸਰਾ ਕੋਈ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਇਆ ਜਾਣਾ ਤੁਹਾਡਾ ਸਵਰਥੀ ਨਾਮ ਹੈ ਪ੍ਰਭੂ ਜੀ ਜਿਹੜਾ ਸਾਰੇ ਨਾਮਾਂ ਤੋਂ ਉੱਚਾ ਨਾਮ ਹੈ ਪ੍ਰਭੂ ਜੀ ਜਿਹਦੇ ਅੱਗੇ ਹਰ ਇੱਕ ਜੀਵ ਇਕਰਾਰ ਕਰੇਗੀ ਜਿਹਦੇ ਅੱਗੇ ਹਰ ਇੱਕ ਘੁਟਣਾ ਟਿਕੇਗਾ ਪ੍ਰਭੂ ਜੀ ਜ਼ਿੰਦਾ ਪਰਮੇਸ਼ਵਰ ਤੁਹਾਡਾ ਧੰਨਵਾਦ ਤੇਰੇ ਦਾਸ ਨੂੰ ਪ੍ਰਭੂ ਜੀ ਤੇਰੇ ਪਵਿੱਤਰ ਆਦਨੇ ਆ ਪ੍ਰਭੂ ਜੀ ਜ਼ਿੰਦਾ ਪਰਮੇਸ਼ਵਰ ਆਪਣਾ ਪਵਿੱਤਰ ਬਚਨ ਪ੍ਰਭੂ ਜੀ ਜ਼ਿੰਦਾ ਪਰਮੇਸ਼ਵਰ ਤੁਸੀਂ ਦਿਓ ਪ੍ਰਭੂ ਜੀ ਜ਼ਿੰਦਾ ਪਰਮੇਸ਼ਵਰ ਤੇਰਾ ਬਚਨ ਪ੍ਰਭੂ ਜੀ ਇੱਕ ਇੱਕ ਜ਼ਿੰਦਗੀ 'ਚ ਕੰਮ ਕਰੇ ਪ੍ਰਭੂ ਜੀ ਆਪਣੇ ਪਵਿੱਤਰ ਆਤਮਾ ਦੀ ਗਵਾਹੀ ਨਾਲ ਚਲਾਉਣਾ ਬਹੁਤ ਸਾਰੀ ਆਸ਼ਿਸ਼ ਔਰ ਬਰਕਤ ਦਿਓ ਸਾਰਿਆਂ ਨੂੰ ਪ੍ਰਭੂ ਜੀ ਸੁਣਨ ਵਾਲਾ ਮਨ ਦਿਓ ਪ੍ਰਭੂ ਜੀ ਜ਼ਿੰਦਾ ਪਰਮੇਸ਼ਵਰ ਅੱਛੀ ਤਰ੍ਹਾਂ ਸਮਝ ਸਕਣ ਪ੍ਰਭੂ ਜੀ ਜ਼ਿੰਦਾ ਪਰਮੇਸ਼ਵਰ ਕਿਉਂਕਿ ਤੁਸੀਂ ਕਿਹਾ ਮੈਂ ਤੈਨੂੰ ਸਮਝ ਦੇਵਾਂਗਾ ਜਿਸ ਰਾਹ ਤੇ ਤੂੰ ਚੱਲਣਾ ਮੈਂ ਤੈਨੂੰ ਸਿਖਾਵਾਂਗਾ ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦੇਵਾਂਗਾ ਪਿਤਾ ਪਰਮੇਸ਼ਵਰ ਉਹਨਾਂ ਤੱਕ ਤੁਸੀਂ ਕਿਸੇ ਨੂੰ ਸਲਾਹ ਨਹੀਂ ਦਿੰਦੇ ਜਿੰਨਾ ਤੱਕ ਕੋਈ ਵੀ ਪ੍ਰਭੂ ਜੀ ਇਨਸਾਨ ਤੁਹਾਡੀ ਆਵਾਜ਼ ਨੂੰ ਨਹੀਂ ਸੁਣਦਾ ਪਿਤਾ ਪਰਮੇਸ਼ਵਰ ਅਸੀਂ ਸਭ ਤੁਹਾਡੀ ਆਵਾਜ਼ ਨੂੰ ਸੁਣਨ ਵਾਲੇ ਬਣ ਜਾਈਏ ਮਦਦ ਕਰਨੀ ਸਹਾਇਤਾ ਕਰਨੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੇਨ 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 ਸਾਰੇ ਭੈਣਾਂ ਭਾਈ ਨੂੰ ਜੈ ਮਸੀਹ ਦੀ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸੱਚਮੁੱਚ ਜਿਵੇਂ 2018 ਦਾ ਸਾਲ ਆਸ਼ੀਸ਼ਾਂ ਅਤੇ ਬਰਕਤਾਂ ਦਾ ਸਾਲ ਸੀ ਮੇਰਾ ਵਿਸ਼ਵਾਸ ਹੈ ਕਿ 2019 ਦਾ ਸਾਲ ਵੀ ਸਾਡੇ ਲਈ ਆਸ਼ੀਸ਼ਾਂ ਦਾ ਅਤੇ ਬਰਕਤਾਂ ਦਾ ਸਾਲ ਰਹੇਗਾ ਹਾਲੇਲੂਇਆ ਬਹੁਤ ਘੱਟ ਆਵਾਜ਼ ਆਈ ਹੈ ਉੱਚੀ ਆਵਾਜ਼ 'ਚ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਸੋ ਆਈਏ ਅਸੀਂ ਪਰਮੇਸ਼ਵਰ ਦੇ ਵਚਨ ਦੇ ਵੱਲ ਜਾਵਾਂਗੇ ਔਰ ਇਹਨਾਂ ਦਿਨਾਂ ਦੇ ਵਿੱਚ ਪਰਮੇਸ਼ਵਰ 2019 ਦਾ ਜੋ ਸਾਲ ਹੈ ਜਿਵੇਂ 2018 ਦਾ ਸਾਡੀਆਂ ਦੁਨਿਆਵੀ ਆਸ਼ੀਸ਼ਾਂ ਅਤੇ ਬਰਕਤਾਂ ਦਾ ਸਾਲ ਰਿਹਾ ਹੈ ਔਰ 2019 ਦੇ ਵਿੱਚ ਲਾਸਟ ਟਾਈਮ ਦੇ ਵਿੱਚ ਮੈਂ ਪ੍ਰਚਾਰ ਕੀਤਾ ਸੀ ਕਿ ਇਹ ਜਿਹੜਾ ਸਾਲ ਰਹੇਗਾ ਇਹ ਗੋਡਸ ਫੇਥਫੁਲਨੈਸ ਗੋਡਸ ਫੇਵਰ ਪਰਮੇਸ਼ਵਰ ਦੀ ਵਿਸ਼ਵਾਸ ਯੋਗਤਾ ਦਾ ਸਾਲ ਸਾਡੇ ਵਾਸਤੇ ਰਹੇਗਾ ਆਮੀਨ ਕਿੰਨੇ ਜਣੇ ਵਿਸ਼ਵਾਸ ਕਰਦੇ ਆ ਕਿ ਪਰਮੇਸ਼ਵਰ ਜਿਵੇਂ 2018 ਵਿੱਚ ਵਿਸ਼ਵਾਸ ਯੋਗ ਰਿਹਾ ਉਵੇਂ 2019 ਦੇ ਵਿੱਚ ਵੀ ਸਾਡੇ ਨਾਲ ਵਿਸ਼ਵਾਸ ਯੋਗ ਕਿੰਨੇ ਜਣੇ ਵਿਸ਼ਵਾਸ ਕਰਦੇ ਆ ਬਸ ਥੋੜ੍ਹੇ ਜਿਹੇ ਜਣੇ ਵਿਸ਼ਵਾਸ ਕਰਦੇ ਆ ਇੰਨਾ ਕੀ ਵਿਸ਼ਵਾਸ ਹੈ ਤੁਹਾਡਾ ਦਿਖ ਨਹੀਂ ਰਿਹਾ ਵਿਸ਼ਵਾਸ ਮੈਨੂੰ 2019 ਦੀਆਂ ਆਤਮਿਕ ਉੱਨਤੀ ਵਾਸਤੇ ਆਤਮਿਕ ਬਰਕਤਾਂ ਦੇ ਵਾਸਤੇ ਮੈਂ ਦੇਖਣਾ ਚਾਹੁੰਦਾ ਕਿ ਤੁਹਾਡੇ ਕੋਲ ਕਿੰਨਾ ਵਿਸ਼ਵਾਸ ਹੈ 2019 ਦੇ ਲਈ ਕਿ ਪ੍ਰਭੂ ਕਿੰਨੀਆਂ ਬਰਕਤਾਂ ਦੇਵੇਗਾ ਮੈਂ ਹਰ ਇੱਕ ਦੇ ਵਿਸ਼ਵਾਸ ਨੂੰ ਵੇਖਣਾ ਚਾਹੁੰਦਾ ਪਰਮੇਸ਼ਵਰ ਨੂੰ ਵੇਖਣਾ ਚਾਹੁੰਦਾ ਮੈਂ ਨਹੀਂ ਇੱਥੇ ਬੈਠੇ ਹੀ ਜਦੋਂ ਤੁਸੀਂ ਪ੍ਰਭੂ ਦੀ ਆਰਾਧਨਾ ਕਰ ਰਹੇ ਹੋ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣ ਰਹੇ ਹੋ ਪਰਮੇਸ਼ਵਰ ਤੁਹਾਡੇ ਵਿਸ਼ਵਾਸ ਨੂੰ ਵੇਖਣਾ ਚਾਹੁੰਦਾ ਹੈ ਆਪਣਾ ਵਿਸ਼ਵਾਸ ਪ੍ਰਭੂ ਨੂੰ ਦਿਖਾਈਏ ਕਿ ਪ੍ਰਭੂ ਸਾਡਾ ਵਿਸ਼ਵਾਸ ਤਾਂ ਪਹਾੜਾਂ ਨੂੰ ਹਿਲਾਉਣ ਵਾਲਾ ਵਿਸ਼ਵਾਸ ਹੈ ਹਾਲੇਲੂਇਆ ਪ੍ਰਭੂ ਸਾਡਾ ਵਿਸ਼ਵਾਸ ਤਾਂ ਅਸੀਂ ਸਾਡਾ ਵਿਸ਼ਵਾਸ ਤਾਂ ਰਾਈ ਦੇ ਦਾਣੇ ਦੀ ਤਰ੍ਹਾਂ ਮਜ਼ਬੂਤ ਹੈ ਬੇਸ਼ੱਕ ਉਹ ਥੋੜ੍ਹਾ ਹੈ ਬੇਸ਼ੱਕ ਉਹ ਛੋਟਾ ਹੈ ਲੇਕਿਨ ਉਹ ਪਹਾੜਾਂ ਨੂੰ ਹਟਾ ਸਕਦਾ ਹੈ ਹਾਲੇਲੂਇਆ ਉਹ ਪਹਾੜਾਂ ਨੂੰ ਕਵੇ ਤੇ ਸਮੁੰਦਰ ਵਿੱਚ ਜਾ ਲੱਗ ਤੇ ਉਹ ਜਾ ਲੱਗੇਗਾ ਹਾਲੇਲੂਇਆ ਸਾਰੇ ਬੋਲੀਏ ਹਾਲੇਲੂਇਆ ਸਾਰੇ ਬੋਲੀਏ ਹਾਲੇਲੂਇਆ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਬਹੁਤ ਜਗ੍ਹਾ 'ਤੇ ਜਦੋਂ ਤੁਸੀਂ ਪੁਰਾਣੇ ਨਿਯਮ ਨੂੰ ਪੜ੍ਹੋਗੇ ਔਰ ਨਵੇਂ ਨਿਯਮ ਨੂੰ ਪੜ੍ਹੋਗੇ ਪਹਾੜ ਦੀ ਗੱਲ ਕੀਤੀ ਗਈ ਹੈ ਕਾਹਦੀ ਗੱਲ ਕੀਤੀ ਗਈ ਹੈ ਜੀ ਉੱਚੀ ਆਵਾਜ਼ 'ਚ ਬੋਲੀਏ ਕਾਹਦੀ ਗੱਲ ਕੀਤੀ ਗਈ ਹੈ ਪਹਾੜ ਦੀ ਜਿਹੜੇ ਉੱਤੇ ਸੇਵਾਦਾਰ ਸੇਵਾ ਕਰ ਰਹੇ ਨੇ ਖਾਣਾ ਬਣਾ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਰੀਆਂ ਗੱਲਾਂ ਛੱਡ ਕੇ ਜਦੋਂ ਸੇਵਾ ਕਰ ਰਹੇ ਹੋ ਜਦੋਂ ਕੰਮ ਵਿੱਚ ਲੱਗੇ ਹੋਏ ਹੋ ਪਰਮੇਸ਼ਵਰ ਦੇ ਵਚਨ ਨੂੰ ਸੁਣੀਏ ਜਿੱਥੇ ਤੁਸੀਂ ਸੇਵਾ ਕਰ ਰਹੇ ਹੋ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਬੇਸ਼ੱਕ ਤੁਸੀਂ ਕਿਚਨ ਦੇ ਵਿੱਚੋਂ ਬੇਸ਼ੱਕ ਤੁਸੀਂ ਬਾਹਰ ਹੋ ਪ੍ਰਭੂ ਦੀ ਆਵਾਜ਼ ਨੂੰ ਸੁਣੀਏ ਪਰਮੇਸ਼ਵਰ ਅੱਜ ਦੇ ਵਚਨ ਦੇ ਦੁਆਰਾ ਤੁਹਾਡੇ ਨਾਲ ਵੀ ਗੱਲ ਕਰੇਗਾ ਔਰ ਪ੍ਰਾਰਥਨਾ ਪੂਰਵਕ ਸੇਵਾ ਦੇ ਵਿੱਚ ਲੱਗੇ ਰਹੀਏ ਸਾਰੀਆਂ ਗੱਲਾਂ ਛੱਡ ਕੇ ਸਾਰੀਆਂ ਗੱਲਾਂ ਛੱਡ ਕੇ ਜੋ ਕੁਛ ਵੀ ਤੁਸੀਂ ਇਸ ਵੇਲੇ ਕਰ ਰਹੇ ਹੋ ਪ੍ਰਾਰਥਨਾ ਪੂਰਵਕ ਵਚਨ ਨੂੰ ਸੁਣਦੇ ਰਹੀਏ ਔਰ ਆਪਣਾ ਕੰਮ ਕਰਦੇ ਰਹੀਏ ਪ੍ਰੇਜ਼ ਦ ਲਾਰਡ ਸਾਰੇ ਬੋਲੀਏ ਹਾਲੇਲੂਇਆ ਸੋ ਮੈਂ ਦੱਸ ਰਿਹਾ ਸੀ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਬਹੁਤ ਜਗ੍ਹਾ ਤੇ ਜ਼ਿਕਰ ਹੈ ਪਹਾੜ ਦਾ ਹਾਲੇਲੂਇਆ ਸਾਰੇ ਬੋਲੀਏ ਹਾਲੇਲੂਇਆ ਪਹਾੜ ਦੇ ਬਾਰੇ ਵਿੱਚ ਦ੍ਰਿਸ਼ਟਾਂਤ ਵੀ ਨੇ ਉਦਾਹਰਨਾਂ ਵੀ ਦਿੱਤੀਆਂ ਨੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੋਂ ਵੀ ਅਸੀਂ ਸਿੱਖਦੇ ਹਾਂ ਕਿ ਪਹਾੜਾਂ ਦੀ ਕਿੰਨੀ ਮਹੱਤਵਤਾ ਹੈ ਪ੍ਰਭੂ ਦੇ ਵਚਨ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਪੜ੍ਹਦੇ ਹੋ ਪਹਾੜਾਂ ਦੇ ਬਾਰੇ ਵਿੱਚ ਕਿਸੇ ਨੇ ਪਹਾੜ ਦੇਖੇ ਨੇ ਕਦੇ ਕਿੰਨੇ ਕਿੰਨੇ ਪਹਾੜ ਦੇਖੇ ਨੇ
ਪਵਿੱਤਰ ਬਾਈਬਲ ਦੇ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲ ਜਾਣਗੇ, ਜੇ ਕਦੇ ਤੁਸੀਂ ਬਾਈਬਲ ਪੜ੍ਹੀ ਹੋਏਗੀ ਜਾਂ ਪੜ੍ਹੋਗੇ ਤੁਹਾਨੂੰ ਪਹਾੜਾਂ ਦਾ ਜ਼ਿਕਰ ਮਿਲ ਜਾਏਗਾ ਪਵਿੱਤਰ ਬਾਈਬਲ ਦੇ ਵਿੱਚ। ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਦਾਸ ਮੂਸਾ ਨਬੀ ਨੂੰ ਬੁਲਾਇਆ ਸੇਵਕਾਈ ਦੇ ਲਈ, ਉਦੋਂ ਇੱਕ ਪਹਾੜ ਤੋਂ ਪ੍ਰਭੂ ਯਿਸੂ ਮਸੀਹ ਨੇ ਬੁਲਾਇਆ ਉਹਨੂੰ। ਸਾਰੇ ਬੋਲੋ ਹਾਲੇਲੂਇਆ। ਮੂਸਾ ਭੇਡਾਂ ਬੱਕਰੀਆਂ ਚਰਾ ਰਿਹਾ ਸੀ, ਵਚਨ ਦੇ ਵਿੱਚ ਲਿਖਿਆ ਉਹ ਹੋਰੇਬ ਨਾਮ ਦੇ ਇੱਕ ਪਰਬਤ ਦੇ ਉੱਤੇ ਸੀ। ਜਦੋਂ ਕੂਚ ਦੀ ਕਿਤਾਬ 3:1 ਵਚਨ ਪੜੋਗੇ ਉੱਥੋਂ ਉੱਥੇ ਲਿਖਿਆ ਮਾਊਂਟੇਨ ਆਫ ਗੋਡ, ਪਰਮੇਸ਼ਵਰ ਦਾ ਪਹਾੜ। ਪ੍ਰਭੂ ਨੇ ਉਸ ਪਹਾੜ ਤੋਂ ਮੂਸਾ ਨੂੰ ਆਵਾਜ਼ ਮਾਰੀ, ਮੂਸਾ ਜਿਸ ਜ਼ਮੀਨ ਤੇ ਤੂੰ ਖੜਾ ਹੈ ਇਹ ਪਵਿੱਤਰ ਜ਼ਮੀਨ ਹੈ। ਹਾਲੇਲੂਇਆ। ਮੂਸਾ ਨੇ ਉਸ ਨਜ਼ਾਰੇ ਨੂੰ ਵੇਖਿਆ ਕਿ ਝਾੜੀ ਨੂੰ ਅੱਗ ਲੱਗੀ ਹੋਈ ਹੈ, ਅੱਗ ਨਿਕਲ ਰਹੀ ਹੈ ਲੇਕਿਨ ਝਾੜੀ ਜਲ ਨਹੀਂ ਰਹੀ ਹੈ। ਹਾਲੇਲੂਇਆ। ਉਸ ਪਹਾੜ ਦਾ ਨਾਮ ਸੀ ਹੋਰੇਬ ਪਹਾੜ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਇਸਰਾਇਲੀ ਮਿਸਰ ਦੇ ਵਿੱਚੋਂ ਇਸਰਾਇਲੀਆਂ ਨੂੰ ਪਰਮੇਸ਼ਵਰ ਨੇ ਕੱਢਿਆ ਔਰ ਇੱਕ ਸਿਨਾਈ ਨਾਮ ਦਾ ਪਰਬਤ ਹੈ, ਸਿਨਾਈ ਨਾਮ ਦਾ ਪਹਾੜ ਹੈ ਜਿਸ ਦੇ ਉੱਤੇ 40 ਦਿਨ ਤੇ 40 ਰਾਤ ਮੂਸਾ ਨੂੰ ਬੁਲਾਇਆ ਪਰਮੇਸ਼ਵਰ ਨੇ। ਪ੍ਰਭੂ ਨੇ ਕਿਹਾ ਮੂਸਾ ਮੈਂ ਤੇਰੇ ਤੇ ਗੱਲ ਕਰਨਾ ਚਾਹੁੰਦਾ, ਮੈਂ ਨੀਚੇ ਗੱਲ ਨਹੀਂ ਕਰਾਂਗਾ, ਮੈਂ ਲੋਕਾਂ ਵਿੱਚ ਗੱਲ ਨਹੀਂ ਕਰਾਂਗਾ, ਮੇਰੇ ਨਾਲ ਅਲੱਗ ਆ ਜਾ, ਇੱਕ ਐਸੇ ਸਥਾਨ ਤੇ ਆ ਜਾ ਜਿੱਥੇ ਤੈਨੂੰ ਤੇ ਮੈਨੂੰ ਕੋਈ ਡਿਸਟਰਬ ਨਾ ਕਰ ਸਕੇ, ਉਸ ਪਹਾੜ ਤੇ ਆ ਜਾ ਜਿਸ ਦਾ ਨਾਮ ਸਿਨਾਈ ਪਹਾੜ ਹੈ। ਹਾਲੇਲੂਇਆ। ਪਰਮੇਸ਼ਵਰ ਦੀ ਬੁਲਾਹਟ ਇੱਕ ਪਹਾੜ ਦੇ ਉੱਤੇ ਸੀ। ਪ੍ਰਭੂ ਨੇ ਆਪਣੇ ਲੋਕਾਂ ਨੂੰ ਵਿਵਸਥਾ ਦਿੱਤੀ, 10 ਆਗਿਆਵਾਂ ਜਿਨ੍ਹਾਂ ਨੂੰ ਅੱਜ ਅਸੀਂ ਪੜ੍ਹਦੇ ਹਾਂ ਉਹ ਦਿੱਤੀਆਂ, ਉਹ ਵੀ ਸਿਨਾਈ ਨਾਮ ਦੇ ਪਰਬਤ ਉੱਤੇ ਦਿੱਤੀਆਂ। ਸਾਰੇ ਬੋਲੋ ਹਾਲੇਲੂਇਆ। ਔਰ ਇੱਕ ਹੋਰ ਪਹਾੜ ਹੈ, ਉਹਦਾ ਨਾਮ ਲਿਖਿਆ ਹੈ ਮਾਊਂਟ ਹਾਰਮੋਨ, ਹਾਰਮੋਨ ਦਾ ਪਹਾੜ। ਮਤੀ ਦੀ ਅੰਜੀਲ 17:1 ਵਿੱਚ ਮਿਲ ਜਾਏਗਾ। ਮਤੀ ਦੀ ਅੰਜੀਲ 16:13 ਵਿੱਚ ਲਿਖਿਆ ਹੈ, ਉੱਥੇ ਲਿਖਿਆ ਹਾਈ ਮਾਊਂਟੇਨ। ਪਹਾੜ ਜਿਹੜੇ ਹੁੰਦੇ ਨੇ ਉਹ ਉੱਚੇ ਹੁੰਦੇ ਨੇ। ਦੈਟ ਮੀਨਸ ਪਹਾੜਾਂ ਦਾ ਸਪੈਸੀਫਿਕ ਮਤਲਬ ਹੈ, ਮੀਨਿੰਗ ਹੈ ਸਾਡੀ ਜ਼ਿੰਦਗੀ ਦੇ ਵਿੱਚ। ਪਰਮੇਸ਼ਵਰ ਦੇ ਵਚਨ ਦੇ ਵਿੱਚ ਜਦੋਂ ਪਹਾੜਾਂ ਦੇ ਬਾਰੇ ਪੜ੍ਹਦੇ ਹਾਂ ਅਸੀਂ, ਔਰ ਜਦੋਂ ਅਸੀਂ ਮਤੀ ਦੀ ਅੰਜੀਲ ਦੇ ਵਿੱਚ ਪਹਾੜੀ ਉਪਦੇਸ਼ ਪੜ੍ਹਦੇ ਹਾਂ, ਉਸ ਉਪਦੇਸ਼ ਉਹ ਟੀਚਿੰਗ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਦਿੱਤੀ, ਉਹਦਾ ਨਾਮ ਹੀ ਪਹਾੜੀ ਉਪਦੇਸ਼ ਹੈ। ਕਿਉਂ? ਕਿਉਂਕਿ ਬਹੁਤ ਸਾਰੀ ਭੀੜ ਸੀ, ਲੋਕ ਬੈਠੇ ਹੋਏ ਸਨ ਔਰ ਵਚਨ ਦੇ ਵਿੱਚ ਲਿਖਿਆ ਯਿਸੂ ਮਸੀਹ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਿਆ ਔਰ ਉੱਥੋਂ ਉਪਦੇਸ਼ ਦੇਣ ਲੱਗਾ। ਹਾਲੇਲੂਇਆ। ਤੁਸੀਂ ਕੀ ਸਮਝਦੇ ਹੋ ਪਹਾੜਾਂ ਦਾ ਸਿਗਨੀਫਿਕੈਂਸ, ਪਹਾੜਾਂ ਦਾ ਸਾਡੇ ਮਸੀਹ ਜੀਵਨ ਦੇ ਵਿੱਚ ਮਤਲਬ ਕੀ ਹੈ? ਪ੍ਰਭੂ ਦੇ ਵਚਨ ਦੇ ਦੁਆਰਾ, ਪਵਿੱਤਰ ਬਾਈਬਲ ਦੇ ਵਿੱਚ, ਮਾਊਂਟੇਨ ਆਫ ਗੋਡ, ਮਾਊਂਟ ਸਿਨਾਈ, ਮਾਊਂਟ ਹਾਰਮੋਨ, ਮਾਊਂਟ ਓਲੀਵ, ਇੱਕ ਐਸਾ ਪਹਾੜ ਹੈ ਜੈਤੂਨ ਦਾ ਪਹਾੜ ਜਿੱਥੇ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਸੀ। ਹਾਲੇਲੂਇਆ। ਜਿੱਥੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਮਹਾਨ ਆਦੇਸ਼ ਦਿੱਤਾ ਸੀ। ਹਾਲੇਲੂਇਆ। ਕਿੰਨੇ ਜਣਿਆਂ ਨੂੰ ਯਾਦ ਆ ਮਹਾਨ ਆਦੇਸ਼? ਮਤੀ ਦੀ ਅੰਜੀਲ 28:18-20 ਮੈਂ ਹਮੇਸ਼ਾ ਜਿੱਥੇ ਵੀ ਕਿਤੇ ਜਾਵਾਂ, ਜਿੱਥੇ ਵੀ ਕਿਤੇ ਮੈਂ ਪ੍ਰਭੂ ਦਾ ਪ੍ਰਚਾਰ ਕਰਾਂ, ਮੈਂ ਮਹਾਨ ਆਦੇਸ਼ ਬਾਰੇ ਗੱਲ ਕਰਦਾ, ਮੈਂ ਮਹਾਨ ਆਦੇਸ਼, ਗ੍ਰੇਟ ਕਮਾਂਡਮੈਂਟ ਦੇ ਬਾਰੇ, ਗ੍ਰੇਟ ਕਮਿਸ਼ਨ ਦੇ ਬਾਰੇ ਲੋਕਾਂ ਨੂੰ ਦੱਸਦਾ। ਇਹ ਉਹ ਮਹਾਨ ਆਦੇਸ਼ ਹੈ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਨਹੀਂ ਦਿੱਤਾ, ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸਾਰੇ ਇਲਾਕੇ ਨੂੰ ਨਹੀਂ ਦਿੱਤਾ, ਸਾਰੇ ਲੋਕਾਂ ਦੇ ਵਿੱਚ ਨਹੀਂ ਦਿੱਤਾ, ਆਪਣੇ ਸਿਲੈਕਟਡ, ਚੁਣੇ ਹੋਏ, ਚੁਣਿੰਦਾ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਔਰ ਉਸ ਪਹਾੜ 'ਤੇ ਲੈ ਗਏ ਜਿਹੜਾ ਜੈਤੂਨ ਦਾ ਪਹਾੜ ਕਹਾਉਂਦਾ ਹੈ। ਹਾਲੇਲੂਇਆ। ਜੀਵਿਤ ਹੋਣ ਤੋਂ ਬਾਅਦ ਯਿਸੂ ਮਸੀਹ ਨੇ ਕਿਹਾ ਮੈਂ ਤੁਹਾਨੂੰ ਜੈਤੂਨ ਦੇ ਪਹਾੜ ਉੱਤੇ ਮਿਲਾਂਗਾ। ਹਾਲੇਲੂਇਆ। ਜਦੋਂ ਅਸੀਂ ਉਤਪਤੀ ਕਿਤਾਬ ਉਹਦਾ 8 ਅਧਿਆਇ ਪੜ੍ਹਦੇ ਹਾਂ, ਉੱਥੇ ਵੀ ਇੱਕ ਪਹਾੜ ਦਾ ਜ਼ਿਕਰ ਹੈ। ਕਿਹੜਾ ਪਹਾੜ ਹੈ ਜੀ, ਦੱਸ ਸਕਦੇ ਹੋ? ਸਾਰੇ ਮੈਂ ਹੀ ਦੱਸਦੇ, ਤੁਸੀਂ ਵੀ ਇੱਕ ਅੱਧਾ ਦੱਸ ਦਿਓ। ਮਸੀਹ ਲੋਕਾਂ ਨੂੰ ਇਹ ਗੱਲਾਂ ਯਾਦ ਹੋਣੀਆਂ ਚਾਹੀਦੀਆਂ। ਕਿੰਨੇ ਜਣੇ ਪੈਨ ਅਤੇ ਪੇਪਰ ਲੈ ਕੇ ਬੈਠੇ ਹੋਏ ਜਿਨ੍ਹਾਂ ਨੇ ਇਹ ਪਹਾੜ ਜਿਹੜੇ ਮੈਂ ਬੋਲਿਆ, ਜਿਨ੍ਹਾਂ ਦੇ ਨਾਮ ਬੋਲਿਆ, ਉਹਨਾਂ ਨੇ ਲਿਖੇ ਹੋਣ? ਕੋਈ ਹੈ ਇੱਥੇ? ਹੈਲੋ, ਸਾਰੇ ਬੋਲੀਏ ਹਾਲੇਲੂਇਆ। ਕੋਈ ਹੈ ਇੱਥੇ ਜਿਹੜੇ ਪਹਾੜਾਂ ਦੇ ਨਾਮ ਦੱਸ ਸਕਦਾ ਜਿਹੜੇ ਮੈਂ ਦੱਸੇ ਨੇ? ਕੀ ਤੁਹਾਡੇ ਕੋਲ ਪੈਨ ਅਤੇ ਪੇਪਰ ਹੈ? ਅਸੀਂ ਬਾਈਬਲ ਵੀ ਬੜੇ ਬੋਝ ਨਾਲ, ਬੜੀ ਮੁਸ਼ਕਿਲ ਨਾਲ ਚੱਕ ਕੇ ਲੈ ਕੇ ਆਉਂਦੇ ਹਾਂ, ਉਹਨੂੰ ਵੀ ਅਸੀਂ ਖੋਲ੍ਹਣਾ ਜ਼ਰੂਰੀ ਨਹੀਂ ਸਮਝਦੇ, ਅਤੇ ਪੈਨ ਅਤੇ ਪੇਪਰ ਤਾਂ ਬਹੁਤ ਦੂਰ ਦੀ ਗੱਲ ਹੈ। ਜਦੋਂ ਅਸੀਂ ਚਰਚ ਆਉਣਾ ਹੈ, ਜਦੋਂ ਅਸੀਂ ਕਲੀਸੀਆ ਦੇ ਵਿੱਚ ਆਉਣਾ ਹੈ, ਜਦੋਂ ਪ੍ਰਭੂ ਦਾ ਵਚਨ ਸਿੱਖਣ ਵਾਸਤੇ ਆਉਣਾ ਹੈ, ਉੱਥੇ 3 ਚੀਜ਼ਾਂ ਤਾਂ ਬਹੁਤ ਜ਼ਰੂਰੀ ਨੇ। ਤੁਹਾਡੇ ਕੋਲ ਪਵਿੱਤਰ ਬਾਈਬਲ ਹੋਣੀ ਚਾਹੀਦੀ ਹੈ। 2, ਤੁਹਾਡੇ ਕੋਲ ਡਾਇਰੀ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਤਰੀਕ ਲਿਖੋ, ਤਰੀਕ ਲਿਖ ਕੇ ਉਸ ਦਿਨ ਦਾ ਸੰਦੇਸ਼ ਲਿਖੋ, ਕਿਹਦੇ ਦੁਆਰਾ ਸੰਦੇਸ਼ ਦਿੱਤਾ ਗਿਆ ਉਹ ਲਿਖੋ, ਕਿਹੜੇ ਵਚਨ 'ਚ ਬੋਲਿਆ ਗਿਆ ਉਹ ਲਿਖੋ, ਵਚਨ ਕੀ ਸੀ ਉਹ ਲਿਖੋ। ਸਾਰੇ ਬੋਲੋ ਹਾਲੇਲੂਇਆ। ਬਾਈਬਲ, ਡਾਇਰੀ, ਪੈਨ, ਤੁਹਾਡੀ ਸੌਂਗ ਬੁੱਕ, ਇਹ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਬਹੁਤ
ਜ਼ਰੂਰੀ ਨੇ। ਸੋ ਅੱਜ ਮੈਂ ਕਹਿ ਰਿਹਾ, ਜੇਕਰ ਤੁਹਾਡੇ ਕੋਲ ਪੈਨ ਅਤੇ ਪੇਪਰ ਨਹੀਂ ਹੈ ਔਰ ਜੇ ਤੁਹਾਡੇ ਕੋਲ ਹੈ ਤਾਂ ਕਿਸੇ ਕੋਲੋਂ ਲੈ ਕੇ ਤੁਸੀਂ ਲਿਖ ਲਓ, ਅੱਜ ਦਾ ਸੰਦੇਸ਼ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਕਿਸੇ ਨੂੰ ਉਸ ਪਹਾੜ ਦਾ ਨਾਮ ਪਤਾ ਜਿਹੜਾ ਨੂਹ ਨਵੀ ਜਦੋਂ ਜਲ ਪਰਲੋ ਆਈ ਸੀ, 40 ਦਿਨ ਅਤੇ 40 ਰਾਤ ਲਗਾਤਾਰ ਮੀਂਹ ਪਿਆ ਸੀ, ਠੀਕ ਹੈ, ਔਰ ਨੂਹ ਨੇ ਇੱਕ ਕਿਸ਼ਤੀ ਬਣਾਈ, ਉਹਦੇ ਵਿੱਚ ਪੂਰਾ ਪਰਿਵਾਰ ਪੂਰੀ ਫੈਮਿਲੀ ਇੱਕ ਜਹਾਜ਼ ਬਣਾਇਆ ਉਹਦੇ ਵਿੱਚ ਚੜ੍ਹ ਗਏ, ਔਰ ਫਿਰ ਜਦੋਂ ਪਾਣੀ ਸੁੱਕ ਗਿਆ ਅਤੇ ਜਹਾਜ਼ ਜਿਹੜਾ ਨੂਹ ਦਾ ਜਹਾਜ਼ ਸੀ, ਨੂਹ ਦੀ ਕਿਸ਼ਤੀ ਸੀ, ਇੱਕ ਪਹਾੜ 'ਤੇ ਜਾ ਕੇ ਰੁਕ ਗਈ। ਉਹ ਪਹਾੜ ਦਾ ਨਾਂ ਕੀ ਸੀ ਜੀ? ਵੈਰੀ ਗੁੱਡ, ਹਾਲੇਲੂਇਆ, ਸਾਰੇ ਬੋਲੀਏ ਹਾਲੇਲੂਇਆ। ਅਰਾਰਾਤ ਪਹਾੜ। ਉਤਪਤੀ ਪੁਸਤਕ 8:4 ਤੁਸੀਂ ਕੱਢ ਸਕਦੇ ਹੋ, ਉੱਥੇ ਇਸ ਪਹਾੜ ਦਾ ਨਾਮ ਲਿਖਿਆ ਹੈ। ਲੋਕ ਪਾਣੀ ਵਿੱਚ ਡੁੱਬ ਕੇ ਮਰ ਰਹੇ ਨੇ, ਲੇਕਿਨ ਨੂਹ ਨਬੀ ਆਪਣੇ ਬੱਚਿਆਂ ਸਮੇਤ ਆਪਣੇ ਜਹਾਜ਼ ਸਮੇਤ ਸੇਫ ਹੈ। ਹਾਲੇਲੂਇਆ। ਮੇਰੀ ਗੱਲ ਸਮਝੇ ਨਹੀਂ ਤੁਸੀਂ ਸ਼ਾਇਦ? ਟਾਈਟੈਨਿਕ ਨਾਮ ਦਾ ਜਹਾਜ਼ ਬਣਿਆ ਸੀ, ਕਿਹਨੇ ਸੁਣਿਆ? ਦੁਬਾਰਾ ਵੀ ਟਾਈਟੈਨਿਕ ਬਣ ਰਿਹਾ। ਬਹੁਤ ਵੱਡਾ ਪਹਾੜ ਸੀ, ਜਹਾਜ਼ ਸੀ, ਔਰ ਉਹਦੇ ਮਾਲਕ ਦਾ ਓਨਰ ਦਾ ਇਹ ਕਹਿਣਾ ਸੀ ਕਿ ਇਹਨੂੰ ਤਾਂ ਰੱਬ ਵੀ ਡੁਬੋ ਨਹੀਂ ਸਕਦਾ। ਹਾਲੇਲੂਇਆ। ਕੀ ਹੋਇਆ? ਪਹਿਲਾ ਸਫ਼ਰ, ਪਹਿਲੀ ਯਾਤਰਾ, ਅਤੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ। ਸਾਰੇ ਬੋਲੀਏ ਹਾਲੇਲੂਇਆ। ਲੇਕਿਨ ਟਾਈਟੈਨਿਕ ਤੋਂ ਪਹਿਲਾਂ ਇੱਕ ਹੋਰ ਜਹਾਜ਼ ਆਲਰੇਡੀ ਬਾਈਬਲ ਦੇ ਵਿੱਚ ਬਣ ਚੁੱਕਿਆ ਹੈ, ਜਿਹਦਾ ਜ਼ਿਕਰ ਉਤਪਤੀ ਦੀ ਕਿਤਾਬ 8 ਵਿੱਚ ਹੈ। ਹਾਲੇਲੂਇਆ। ਇਹ ਕਿਉਂ ਨਹੀਂ ਡੁੱਬਿਆ? ਕਿਉਂਕਿ ਇਹਦੀ ਲੰਬਾਈ, ਇਹਦੀ ਚੌੜਾਈ, ਇਹਦੀ ਡੂੰਘਾਈ, ਕਿਹਨੇ ਚੜ੍ਹਨਾ, ਕਿਹਨੇ ਨਹੀਂ ਚੜ੍ਹਨਾ, ਉਹਦਾ ਡਾਇਰੈਕਟਰ ਕੌਣ ਸੀ ਜੀ? ਹਾਲੇਲੂਇਆ। ਯਹੋਵਾ ਪਰਮੇਸ਼ਵਰ ਆਰਕੀਟੈਕਟ ਸੀ। ਯਹੋਵਾ ਪਰਮੇਸ਼ਵਰ ਨੇ ਨਕਸ਼ਾ ਭੇਜਿਆ ਸੀ ਕਿ ਇਸ ਤਰ੍ਹਾਂ ਬਣਾਈ ਨੂੰ। ਨੂੰ ਨੇ ਵੀ ਉਵੇਂ ਹੀ ਆਗਿਆਕਾਰੀ ਕੀਤੀ, ਜਿਵੇਂ ਪਰਮੇਸ਼ਵਰ ਨੇ ਕਿਹਾ ਉਵੇਂ ਹੀ ਬਣਾਇਆ। ਉਹਦੇ ਵਿੱਚ ਉਹੀ ਇੰਟਰ ਕੀਤਾ ਜਿਹਨੂੰ ਪਰਮੇਸ਼ਵਰ ਚਾਹੁੰਦਾ ਸੀ। ਹਾਲੇਲੂਇਆ। ਇਹੀ ਕਾਰਨ ਹੈ ਕਿ 1000 ਸਾਲਾਂ ਤੋਂ ਨੂਹ ਦੇ ਜਹਾਜ਼ ਦਾ ਜ਼ਿਕਰ ਹੋ ਰਿਹਾ ਹੈ, ਉਹ ਡੁੱਬਿਆ ਨਹੀਂ। ਹਾਲੇਲੂਇਆ। ਉਹ ਸੇਫ ਸੀ, ਨੂਹ, ਉਹਦਾ ਪਰਿਵਾਰ ਅਤੇ ਉਹ ਜਹਾਜ਼ ਜਿਸ ਵਿੱਚ ਉਹ ਚੜਿਆ ਸੀ ਉਹ ਸੇਫ ਸੀ, ਅਰਾਰਾਤ ਦੇ ਪਹਾੜ ਉੱਤੇ। ਹਾਲੇਲੂਇਆ। ਸਾਰੇ ਵੱਡੇ ਕੰਮ ਪਹਾੜਾਂ ਦੇ ਉੱਤੇ ਹੋਏ ਨੇ। ਹਾਲੇਲੂਇਆ। ਔਰ ਪਹਿਲਾ ਕੋਰਿੰਥੀਆਂ 13:2 ਵਿੱਚ ਲਿਖਿਆ, ਯੂਅਰ ਫੇਥ ਕੈਨ ਮੂਵ ਦ ਮਾਊਂਟੇਨ। ਹਾਲੇਲੂਇਆ। ਤੁਹਾਡਾ ਵਿਸ਼ਵਾਸ ਪਹਾੜਾਂ ਨੂੰ ਹਟਾਉਣ ਦੀ ਸ਼ਕਤੀ ਰੱਖਦਾ ਹੈ। ਉੱਚੀ ਆਵਾਜ਼ ਦੇ ਵਿੱਚ, ਤੁਹਾਡਾ ਵਿਸ਼ਵਾਸ ਪਹਾੜਾਂ ਨੂੰ ਹਟਾ। ਜਿਸ ਤਰ੍ਹਾਂ ਨਾਲ ਤੁਸੀਂ ਬੋਲ ਰਹੇ ਹੋ ਨਾ, ਮੈਨੂੰ ਨਹੀਂ ਲੱਗਦਾ ਵੀ ਤੁਸੀਂ ਸੂਈ ਵੀ ਹਟਾ ਸਕਦੇ ਹੋ। ਤੁਹਾਡੇ ਵਿਸ਼ਵਾਸ ਦੇ ਵਿੱਚ ਉਹ ਚੈਲੰਜ ਨਹੀਂ ਹੈ, ਤੁਹਾਡੇ ਵਿਸ਼ਵਾਸ ਦੇ ਵਿੱਚ ਉਹ ਗੜਕ ਨਹੀਂ ਹੈ ਜੋ ਹੋਣਾ ਚਾਹੀਦਾ ਹੈ। ਮੇਰਾ ਵਿਸ਼ਵਾਸ ਪਹਾੜਾਂ ਨੂੰ ਵੀ, ਹਜੇ ਵੀ ਆਵਾਜ਼ ਨਹੀਂ ਆਈ, ਭੈਣਾਂ ਨੇ ਚੁੱਪ ਰਹਿਣਾ, ਮੈਂ ਭਾਈਆਂ ਦਾ ਵਿਸ਼ਵਾਸ ਚੈੱਕ ਕਰ ਲਾਂ। ਸਾਡਾ ਵਿਸ਼ਵਾਸ, ਮੇਰਾ ਵਿਸ਼ਵਾਸ ਕੀ ਕਰ ਸਕਦਾ ਹੈ? ਯੋਰ ਫੇਥ ਕੈਨ ਮੂਵ ਦ ਮਾਊਂਟੇਨਸ, ਪ੍ਰਭੂ ਯਿਸੂ ਮਸੀਹ ਦੇ ਵਚਨ ਨੇ। ਤੁਹਾਡਾ ਵਿਸ਼ਵਾਸ ਵੱਡਾ ਹੈ ਜਾਂ ਜਿਸ ਪਹਾੜ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਪਹਾੜ ਵੱਡਾ ਹੈ? ਸਾਡਾ ਮਾੜਾ ਜੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆ ਜੇ, ਬਿਮਾਰੀ ਆ ਜੇ, ਸੰਤਾਂ ਨੇ ਕੁਛ ਕਹਿਤਾ, ਦੁੱਖ ਆ ਜੇ, ਤਕਲੀਫ ਆ ਜੇ, ਫਿਰ ਕਿੱਥੇ ਜਾਂਦਾ ਤੁਹਾਡਾ ਵਿਸ਼ਵਾਸ ਵੀ? ਸਾਰੇ ਬੋਲੀਏ ਹਾਲੇਲੂਇਆ। ਉੱਚੀ ਆਵਾਜ਼ ਹੱਥ ਉਠਾ ਕੇ ਪ੍ਰਭੂ ਨੇ ਸਾਨੂੰ ਆਦਿ ਦਿੱਤੇ, ਸਭ ਬੋਲੀਏ ਹਾਲੇਲੂਇਆ। ਭਾਈਆਂ ਦੇ ਸਾਰੇ ਹੱਥ ਖੜੇ ਕਰ ਲਓ, ਹਾਂ ਹੱਥ ਖੜੇ ਕਰਕੇ ਵਚਨ ਸੁਣਨਾ, ਭੈਣਾਂ ਵੀ ਕਰ ਲਓ, ਠੀਕ ਹੈ? ਇਦੋਂ ਬਾਅਦ ਆਪਾਂ ਸਾਰੇ ਹੁਣ ਹੱਥ ਖੜੇ ਆ, ਉਦੋਂ ਬਾਅਦ ਖੜੇ ਹੋ ਕੇ ਵਚਨ ਸੁਣਾਂਗੇ। ਕਿੰਨੇ ਜਣੇ ਖੁਸ਼ ਨੇ? ਵਿਸ਼ਵਾਸ ਕਿੱਧਰ ਗਿਆ ਤੁਹਾਡਾ? ਹੈਲੋ, ਵਿਸ਼ਵਾਸ ਕਿੱਥੇ ਹੈ ਤੁਹਾਡਾ? ਜੇ ਤੁਹਾਨੂੰ ਕਵੇ ਵੇਅਰ ਇਜ਼ ਯੋਰ ਫੇਥ, ਸਾਨੂੰ ਵਿਸ਼ਵਾਸ ਦਿਖਾਓ ਕਿੱਥੇ ਹੈ। ਬਸ ਜੀ, ਕਦੇ ਇਬਰਾਨੀਆਂ ਬੋਲ ਦਾਂਗੇ ਅਸੀਂ, ਅਣਦੇਖੀਆਂ ਵਸਤਾਂ ਦਾ ਪ੍ਰਮਾਣ ਹੈ। ਹਾਲੇਲੂਇਆ। ਹੱਥ ਖੜੇ ਰੱਖੀਏ, ਮੈਂ ਵਿਸ਼ਵਾਸ ਚੈੱਕ ਕਰ ਰਿਹਾ। ਹੱਥ ਖੜੇ ਬੜੇ ਸੋਹਣੇ ਲੱਗਦੇ ਨੇ। ਕਈ ਵਾਰੀ ਮੈਨੂੰ ਵੀ ਐਂ ਲੱਗਣ ਲੱਗ ਜਾਂਦਾ ਵੀ ਪ੍ਰੀਤ, ਤੁਸੀਂ ਇਕੱਲਾ, ਤੂੰ ਇਕੱਲਾ ਖੜਾ ਪ੍ਰਚਾਰ ਕਰੀ ਜਾਂਦਾ ਅਤੇ ਸਾਰੇ ਬੈਠੇ ਆਰਾਮ ਨਾਲ, ਹੈ ਨਾ? ਮੇਰਾ ਜੀ ਕਰਦਾ ਵੀ ਤੁਸੀਂ ਵੀ ਖੜੇ ਹੋ, ਮੈਂ ਵੀ ਖੜਾ ਹੋਵਾਂ। ਓਕੇ, ਇਹ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ ਚਰਚ ਦੇ ਵਿੱਚ। ਜੇ ਪਾਸਟਰ ਖੜਾ ਹੋ ਕੇ ਪ੍ਰਚਾਰ ਕਰ ਰਿਹਾ ਤਾਂ ਕਲੀਸੀਆ ਨੇ ਖੜਾ ਹੋ ਕੇ ਸੁਣਨਾ ਹੈ। ਸਾਰੇ ਬੋਲੋ ਹਾਲੇਲੂਇਆ। ਆਵਾਜ਼ ਘੱਟ ਹੈ, ਹਜੇ ਆਵਾਜ਼ ਨਹੀਂ ਆਈ ਇੱਧਰੋਂ, ਇੱਧਰੋਂ ਤਾਂ ਆਈ ਨਹੀਂ ਆਵਾਜ਼।
ਸਾਰੇ ਬੋਲੀਏ ਹਾਲੇਲੂਯਾ। ਤੁਹਾਡਾ ਵਿਸ਼ਵਾਸ ਵੱਡਾ ਹੈ ਜਾਂ ਜਿਸ ਜੋ ਤੁਹਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੇ, ਜਿਹੜੀਆਂ ਪਹਾੜ ਬਣ ਕੇ ਤੁਹਾਡੇ ਸਾਹਮਣੇ ਖੜੀਆਂ ਨੇ, ਤੁਹਾਡੀ ਜ਼ਿੰਦਗੀ ਦੇ ਚੈਲੰਜ, ਤੁਹਾਡੀ ਬਿਮਾਰੀ ਵੱਡੀ ਹੈ, ਕੀ ਚੀਜ਼ ਵੱਡੀ ਹੈ? ਤੁਹਾਡਾ ਬਿਜ਼ਨਸ ਵੱਡਾ ਹੈ ਕਿ ਤੁਹਾਡਾ ਵਿਸ਼ਵਾਸ ਵੱਡਾ ਹੈ? ਤੁਹਾਡੀ ਬਿਮਾਰੀ ਵੱਡੀ ਹੈ ਕਿ ਤੁਹਾਡਾ ਵਿਸ਼ਵਾਸ ਵੱਡਾ ਹੈ? ਤੁਹਾਡੀ ਜ਼ਿੰਦਗੀ ਦੀਆਂ ਚੁਣੌਤੀਆਂ ਵੱਡੀਆਂ ਨੇ ਕਿ ਤੁਹਾਡਾ ਵਿਸ਼ਵਾਸ ਵੱਡਾ? ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਜੇ ਤੁਹਾਡਾ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੋਵੇ, ਤੇ ਤੁਸੀਂ ਪਹਾੜ ਨੂੰ ਕਹੋ ਕਿ ਸਮੁੰਦਰ ਵਿੱਚ ਜਾ ਲੱਗ, ਤੇ ਉਹ ਜਾ ਲੱਗੇਗਾ। ਹਾਲੇਲੂਯਾ। ਔਰ ਫਿਰ ਸੰਤ ਦਾਊਦ, ਦਾਊਦ ਪਰਮੇਸ਼ਵਰ ਦਾ ਦਾਸ, ਕਿੰਗ ਡੇਵਿਡ, ਉਹ ਲਿਖਦਾ ਹੈ, ਮੇਰੀ ਮਦਦ ਮਨੁੱਖ ਤੋਂ ਨਹੀਂ ਆਏਗੀ, ਮੇਰੀ ਮਦਦ ਕਿਸੇ ਇਨਸਾਨ ਤੋਂ ਨਹੀਂ ਆਏਗੀ। ਹੱਥ ਖੜੇ ਰੱਖੀਏ, ਸਾਰੇ ਬੋਲੋ ਹਾਲੇਲੂਯਾ। ਮੇਰੀ ਮਦਦ ਯਹੋਵਾ ਪਰਮੇਸ਼ਵਰ ਤੋਂ ਆਏਗੀ, ਮੇਰੀ ਮਦਦ ਉਸ ਪਹਾੜ ਤੋਂ ਆਏਗੀ। ਹਾਲੇਲੂਯਾ। ਅੱਖੀਆਂ ਚੁੱਕਦਾ ਹਾਂ ਮੈਂ ਬਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ? ਹਾਲੇਲੂਯਾ। ਪਹਾੜਾਂ ਵੱਲ ਅੱਖੀਆਂ ਚੁੱਕਣ ਬਾਰੇ ਕਿਉਂ ਲਿਖਿਆ ਗਿਆ ਇੱਥੇ? ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵਾਟ ਇਜ਼ ਦ ਸਿਗਨੀਫਿਕੈਂਸ ਆਫ ਦ ਮਾਊਂਟੇਨਸ ਇਨ ਦ ਬਾਈਬਲ। ਪਵਿੱਤਰ ਬਾਈਬਲ ਦੇ ਵਿੱਚ ਪਹਾੜਾਂ ਦਾ ਕੀ ਮਹੱਤਵ ਹੈ? ਹਾਲੇਲੂਯਾ। ਸਾਰੇ ਬੋਲੀਏ ਹਾਲੇਲੂਯਾ। ਸਾਰੇ ਬੋਲੀਏ ਹਾਲੇਲੂਯਾ। ਜਿੰਨੇ ਲੋਕਾਂ ਨੂੰ ਪ੍ਰਭੂ ਨੇ ਬੁਲਾਇਆ, ਪਹਾੜ ਤੋਂ ਬੁਲਾਇਆ, ਮੂਸਾ ਨੂੰ, ਜਦੋਂ ਪਰਮੇਸ਼ਵਰ ਨੇ ਆਪਣਾ ਵਚਨ ਦਿੱਤਾ, ਪਹਾੜ ਤੇ ਦਿੱਤਾ। ਹਾਲੇਲੂਯਾ। ਜਦੋਂ ਪ੍ਰਭੂ ਯਿਸੂ ਮਸੀਹ ਭੀੜ ਪਿੱਛੇ ਲੱਗੀ ਹੋਈ ਹੈ ਔਰ ਪ੍ਰਭੂ ਯਿਸੂ ਪ੍ਰਚਾਰ ਕਰ ਰਹੇ ਨੇ, ਉਹ ਵੀ ਪਹਾੜ ਤੋਂ, ਜਿੰਨੀਆਂ ਚੰਗਾਈਆਂ ਹੋ ਰਹੀਆਂ ਪਹਾੜ ਤੇ ਹੋ ਰਹੀਆਂ, ਜਿੰਨੀ ਟਰਾਂਸਫਿਗਰੇਸ਼ਨ ਹੋ ਰਹੀ ਹੈ ਪਹਾੜ ਤੇ ਹੋ ਰਹੀ ਹੈ, ਜਿੰਨੀ ਆਸ਼ੀਸ਼ ਮਿਲ ਰਹੀ ਹੈ ਉਹ ਪਹਾੜ ਤੇ ਹੋ ਰਹੀ ਹੈ, ਜਿਹੜਾ 5000 ਨੂੰ ਰਜਾਉਣਾ ਸੀ ਉਹ ਵੀ ਪਹਾੜ ਤੇ ਸੀ। ਹਾਲੇਲੂਯਾ। ਸਾਰੇ ਵੱਡੇ ਕੰਮ ਪਹਾੜਾਂ ਤੇ ਹੋ ਰਹੇ ਹੈ, ਕਿਉਂ? ਬਿਕੋਜ਼ ਦੈਟ ਇਜ਼ ਦ ਸਪੈਸੀਫਿਕ ਪਲੇਸ, ਕਿਉਂਕਿ ਉਹ ਇੱਕ ਐਸੀ ਜਗ੍ਹਾ ਹੈ ਜਿਸ ਤੋਂ ਪਰਮੇਸ਼ਵਰ ਦੁਨੀਆਦਾਰੀ ਤੋਂ ਹਟਾ ਕੇ ਤੁਹਾਨੂੰ ਇੱਕ ਅਲੱਗ ਸਪੈਸੀਫਿਕ ਗੁਪਤ ਇੱਕ ਅਲੱਗ ਜਗ੍ਹਾ ਤੇ ਤੁਹਾਨੂੰ ਬਲੈਸ ਕਰਨਾ ਚਾਹੁੰਦਾ ਹੈ। ਹਾਲੇਲੂਯਾ। ਪਹਾੜ ਇੱਕ ਐਸਾ ਸਥਾਨ ਹੈ ਜਿੱਥੇ ਪਰਮੇਸ਼ਵਰ ਤੁਹਾਨੂੰ ਆਤਮਿਕ ਬਰਕਤਾਂ ਦੇ ਲਈ ਲੈ ਕੇ ਜਾਣਾ। ਹਾਊ ਮੈਨੀ ਆਫ ਯੂ ਰੈਡੀ? ਕਿੰਨੇ ਜਣੇ ਤਿਆਰ ਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਪਹਾੜ ਤੇ ਜਾਣ ਨੂੰ? ਜਦੋਂ ਪ੍ਰਭੂ ਯਿਸੂ ਮਸੀਹ ਦਾ ਰੂਪਾਂਤਰਨ ਹੋਣਾ ਸੀ, ਪਵਿੱਤਰ ਬਾਈਬਲ ਦੇ ਵਿੱਚ ਲਿਖਿਆ, ਯੂਹੰਨਾ ਦੀ ਅੰਜੀਲ ਦੇ ਵਿੱਚ, ਉਦੋਂ ਪ੍ਰਭੂ ਯਿਸੂ ਮਸੀਹ 12 ਦੇ 12 ਚੇਲਿਆਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਏ, ਸਿਰਫ ਉਹਨਾਂ ਨੂੰ ਲੈ ਕੇ ਗਏ ਜਿਹੜੇ ਉਸ ਰੂਪਾਂਤਰਨ ਦੇ ਯੋਗ ਸੀ। ਹਾਲੇਲੂਯਾ। ਸਿਰਫ ਉਹਨਾਂ ਨੂੰ ਲੈ ਕੇ ਗਏ ਜਿਨ੍ਹਾਂ ਨੂੰ ਕੀਮਤ ਪਤਾ ਸੀ ਕਿ ਪ੍ਰਭੂ ਦੇ ਵਚਨ ਦੀ ਕੀਮਤ ਕੀ ਹੈ, ਪ੍ਰਭੂ ਦੇ ਅਭਿਸ਼ੇਕ ਦੀ ਕੀਮਤ ਕੀ ਹੈ। ਹਾਲੇਲੂਯਾ। ਸਾਰੇ ਬੋਲੀਏ ਹਾਲੇਲੂਯਾ। ਇੱਕ ਪਹਾੜ ਤੇ ਲੈ ਕੇ ਗਏ ਔਰ ਪ੍ਰਭੂ ਯਿਸੂ ਮਸੀਹ ਦੇ ਰੂਪਾਂਤਰਨ ਨੂੰ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਵੇਖਿਆ। ਹਾਲੇਲੂਯਾ। ਅੱਜ ਪਰਮੇਸ਼ਵਰ ਤੁਹਾਨੂੰ ਉਸ ਪਹਾੜ ਤੇ ਆਤਮਾ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਤੁਸੀਂ ਪਰਮੇਸ਼ਵਰ ਦੇ ਅਸਲੀ ਚਿਹਰੇ ਨੂੰ ਵੇਖੋਗੇ, ਜਿੱਥੇ ਤੁਸੀਂ ਪਰਮੇਸ਼ਵਰ ਦੇ ਰੂਪਾਂਤਰਣ ਨੂੰ ਵੇਖੋਗੇ, ਜਿੱਥੇ ਤੁਸੀਂ ਪਰਮੇਸ਼ਵਰ ਦੇ ਮਿਰੈਕਲ ਨੂੰ ਵੇਖੋਗੇ, ਜਿੱਥੇ ਤੁਸੀਂ ਪਰਮੇਸ਼ਵਰ ਦੀ ਚੰਗਿਆਈ ਨੂੰ ਵੇਖੋਗੇ। ਆਓ ਆਪਣੇ ਗੋਡੇ ਟੇਕੀਏ ਔਰ ਪ੍ਰਭੂ ਦੇ ਅੱਗੇ ਦੁਆ ਕਰਨੀ ਸ਼ੁਰੂ ਕਰੀਏ ਕਿ ਪ੍ਰਭੂ ਸਾਨੂੰ ਉਸ ਇਕਾਂਤ ਸਥਾਨ ਦੇ ਵਿੱਚ ਲੈ ਜਾ ਜਿੱਥੇ ਅਸੀਂ ਤੇਰੇ ਅਸਲੀ ਚਿਹਰੇ ਨੂੰ ਵੇਖ ਸਕਦੇ ਹਾਂ। ਹਾਲੇਲੂਯਾ। ਜਦੋਂ ਏਲੀਆ ਚਿੰਤਾ ਦੇ ਵਿੱਚ ਸੀ, ਪਰੇਸ਼ਾਨੀ ਦੇ ਵਿੱਚ ਸੀ, ਏਲੀਆ ਨੇ ਪਹਾੜਾਂ ਦਾ ਸਹਾਰਾ ਲਿੱਤਾ, ਗੁਫਾਵਾਂ ਦੇ ਵਿੱਚ ਛੁਪਿਆ, ਪਹਾੜਾਂ ਦੇ ਉੱਤੇ ਛੁਪਿਆ। ਯੂ ਆਰ ਮਾਈ ਹਾਈਡਿੰਗ ਪਲੇਸ, ਪਰਮੇਸ਼ਵਰ ਤੂੰ ਸਾਡੇ ਲੁਕਣ ਦਾ ਸਥਾਨ ਹੈ, ਤੇਰੇ ਵਿੱਚ ਅਸੀਂ ਲੁਕਦੇ ਹਾਂ। ਹਾਲੇਲੂਯਾ। ਸਾਰੇ ਬੋਲੀਏ ਹਾਲੇਲੂਯਾ। ਆਓ ਸਭ ਗੋਡਿਆਂ ਦੇ ਪਾਰੋ ਜੀ, ਆਪਣੇ ਹੱਥਾਂ ਨੂੰ ਉਠਾਈਏ ਸਵਰਗ ਦੀ ਵੱਲ ਔਰ ਉਸ ਵਿਸ਼ੇਸ਼ ਸਥਾਨ ਤੇ ਜਾਈਏ ਜਿੱਥੇ ਪਰਮੇਸ਼ਵਰ ਸਾਨੂੰ ਬੁਲਾਉਣਾ ਚਾਹੁੰਦਾ ਹੈ ਆਪਣੀ ਸੇਵਕਾਈ ਦੇ ਲਈ, ਜਿੱਥੇ ਪਰਮੇਸ਼ਵਰ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ, ਜਿੱਥੇ ਪਰਮੇਸ਼ਵਰ ਆਪਣਾ ਵਚਨ ਸਾਨੂੰ ਦੇਣਾ ਚਾਹੁੰਦਾ ਹੈ। ਆਪਣੇ ਲਈ ਉਸ ਸਥਾਨ ਨੂੰ ਚੁਣੀਏ ਜੋ ਪਵਿੱਤਰ ਹੈ। ਹਾਲੇਲੂਯਾ। ਆਪਣੇ ਲਈ ਉਸ ਸਥਾਨ ਨੂੰ ਚੁਣੀਏ ਜੋ ਆਸ਼ੀਸ਼ ਦਾ ਸਥਾਨ ਹੈ, ਜਿੱਥੇ ਮਹਾਨ ਆਦੇਸ਼ ਸਾਨੂੰ ਮਿਲਦਾ ਹੈ, ਉਹ ਸਥਾਨ ਜਿੱਥੇ ਯਿਸੂ ਮਸੀਹ ਸਾਡੇ ਨਾਲ ਹੈ। ਹਾਲੇਲੂਯਾ। ਉਹ ਸਥਾਨ ਜਿੱਥੇ ਅਸੀਂ ਯਿਸੂ ਦੇ ਨਾਲ ਗੱਲ ਕਰ ਸਕਦੇ ਹਾਂ। ਹਾਲੇਲੂਯਾ। ਆਪਣੇ ਮੂੰਹ ਨੂੰ ਖੋਲੀਏ ਔਰ ਪ੍ਰਭੂ ਨੂੰ ਕਹੀਏ, ਪ੍ਰਭੂ ਮੈਨੂੰ ਉਸ ਜਗ੍ਹਾ ਤੇ ਲੈ ਚੱਲ, ਮੈਨੂੰ ਉਸ ਸਥਾਨ ਤੇ ਲੈ ਚੱਲ। ਆਈ ਵਾਂਟ ਟੂ ਸੀ ਯੂਅਰ ਗਲੋਰੀ ਯੂ ਲਾਰਡ, ਆਈ ਵਾਂਟ ਟੂ ਸੀ ਯੂਅਰ ਗ੍ਰੇਸ ਫੋਰ ਲਾਰਡ। ਹਾਲੇਲੂਯਾ। ਰੇ ਕੇਂਦੇ ਰੇ ਬੇਸ਼ੇ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ,
ਜਸ਼ਾਇਆ 54 ਦੇ 10 ਵਚਨ, ਨਾਹੂਮ 1 ਦੇ 5 ਵਚਨ, ਮੀਕਾ 1 ਦੇ 4 ਵਚਨ, ਪਰਮੇਸ਼ਵਰ ਦੇ ਅੱਗੇ ਪਹਾੜ ਪਿੰਗਲ ਜਾਂਦੇ ਨੇ, ਪਰਮੇਸ਼ਵਰ ਦੇ ਅੱਗੇ ਪਹਾੜ ਥਰ ਥਰ ਕੰਬਦੇ ਨੇ। ਹਾਲੇਲੂਇਆ ਰੇ ਕਹਿੰਦੇ ਰੇ ਅਭਿਸ਼ੇਕ ਦੇ ਨਾਲ ਭਰਨ ਦੇ ਲਈ, ਪਵਿੱਤਰ ਆਤਮਾ ਦੀ ਸਮਰੱਥ ਨਾਲ ਭਰਨ ਦੇ ਲਈ ਪ੍ਰਭੂ ਤੁਹਾਨੂੰ ਉਸ ਪਹਾੜ ਦੇ ਉੱਤੇ ਲੈ ਕੇ ਜਾਣਾ ਚਾਹੁੰਦਾ ਹੈ। ਆਈਏ ਸਭ ਖੜੇ ਹੋਈਏ ਔਰ ਦੁਆ ਕਰੀਏ। ਆਈਏ ਸਭ ਲੋਕ ਖੜੇ ਹੋਈਏ। ਪ੍ਰਾਰਥਨਾ ਕਰੀਏ ਕਿ ਪਰਮੇਸ਼ਵਰ ਮੈਂ ਤੁਹਾਡੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਪਹਾੜ ਦੇ ਉੱਤੇ, ਦੁਨੀਆਂ ਦੀਆਂ ਗੱਲਾਂ ਨੂੰ ਹਟ ਕੇ, ਸੰਸਾਰ ਦੀਆਂ ਗੱਲਾਂ ਨੂੰ ਛੱਡ ਕੇ ਮੈਂ ਉੱਚੇ ਸਥਾਨ ਤੇ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ। ਹਾਲੇਲੂਇਆ, ਤਾਲੀ ਵਜਾ ਕਰ ਪਰਮੇਸ਼ਵਰ ਦਾ ਧੰਨਵਾਦ ਕਰੇ। ਹਾਲੇਲੂਇਆ, ਕਮੋਨ ਕਮੋਨ, ਸਾਰੇ ਨੌਜਵਾਨ, ਸਾਰੇ ਨੌਜਵਾਨ ਤਾੜੀਆਂ ਵਜਾ ਕੇ ਪ੍ਰਭੂ ਦਾ ਧੰਨਵਾਦ ਕਰੀਏ। ਆਪਣੇ ਮੂੰਹ ਨੂੰ ਖੋਲੀਏ ਔਰ ਪ੍ਰਾਰਥਨਾ ਕਰੀਏ, ਆਪਣੇ ਮੂੰਹ ਨੂੰ ਖੋਲੀਏ ਔਰ ਦੁਆ ਕਰੀਏ, ਦੁਆ ਕਰੀਏ, ਪਰਮੇਸ਼ਵਰ ਦੇ ਚਿਹਰੇ ਨੂੰ ਵੇਖਣ ਦੇ ਲਈ ਦੁਆ ਕਰੀਏ। ਸਭ ਲੋਕ ਆਪਣੀ ਅੱਖਾਂ ਨੂੰ ਬੰਦ ਕਰੀਏ, ਆਪਣੀ ਅੱਖਾਂ ਨੂੰ ਬੰਦ ਕਰਕੇ ਦੁਆ ਕਰੀਏ। ਹਾਲੇਲੂਇਆ ਰੇ ਖੰਦਰਾ ਬਾਸ਼ਾ ਖੰਦਰਾ ਬਾਬਾ 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 ਇੰਦੇ ਰਿਬੇਸ਼ਾ ਖੰਦਰਾ ਲਰ ਬਾਬਾ 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 ਰਿਬੇਸੇ ਖੰਦਰਾ ਬਾ ਪ੍ਰਾਰਥਨਾ ਕਰੀਏ। ਹਾਲੇਲੂਇਆ ਹਾਲੇਲੂਇਆ, ਪ੍ਰਭੂ ਯੇਸ਼ੂ ਮਸੀਹ ਦੀ ਸਮਰੱਥ ਆ ਜਾਏ, ਪ੍ਰਭੂ ਤੇਰਾ ਅਭਿਸ਼ੇਕ ਆ ਜਾਏ। 2019 ਦੇ ਵਿੱਚ ਤੇਰਾ ਅਭਿਸ਼ੇਕ, ਤੇਰਾ ਬਹਿੰਦਾ ਹੋਇਆ ਅਭਿਸ਼ੇਕ ਇਸ ਜਗ੍ਹਾ ਤੇ ਆ ਜਾਏ। ਇਹ ਕਲੀਸਿਆ ਆਤਮਿਕ ਬਰਕਤਾਂ ਦੇ ਨਾਲ ਭਰ ਜਾਏ। ਵੱਡੇ ਵੱਡੇ ਵਰਦਾਨ ਇਸ ਕਲੀਸਿਆ ਦੇ ਵਿੱਚ ਵੇਖੇ ਜਾਣ, ਪਵਿੱਤਰ ਆਤਮਾ ਦੇ ਦੁਆਰਾ ਵੱਡੇ ਵੱਡੇ ਕੰਮ ਇਸ ਜਗ੍ਹਾ ਤੇ ਵੇਖੇ ਜਾਣ। ਅੰਦਰ ਲਰਬਾਸ਼ਾ ਖਾਂਦਾਰਾ ਬਾਲਾ ਰੇ, ਅੰਦਰ ਲਰਬਾਸ਼ੰਦਰਾ ਬਾ ਅੰਦਰ ਅੰਦਰ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੁਣੀਏ ਧਿਆਨ ਨਾਲ, ਸਭ ਲੋਕ ਅੱਖਾਂ ਨੂੰ ਬੰਦ ਕਰਕੇ ਧਿਆਨ ਦੇ ਨਾਲ ਸੁਣੀਏ। ਪਹਾੜ ਇੱਕ ਐਸਾ ਸਥਾਨ ਹੈ ਜਿੱਥੇ ਪਰਮੇਸ਼ਵਰ ਤੁਹਾਡੇ ਨਾਲ ਵੱਡੀਆਂ ਵੱਡੀਆਂ ਤੇ ਔਖੀਆਂ ਔਖੀਆਂ ਗੱਲਾਂ ਕਰਦਾ ਹੈ। ਪਹਾੜ ਇੱਕ ਐਸਾ ਸਥਾਨ ਹੈ ਜਿੱਥੇ ਪਰਮੇਸ਼ਵਰ ਤੁਹਾਨੂੰ ਆਪਣੀ ਹਜ਼ੂਰੀ ਦੇ ਨਾਲ ਰਜਾਉਂਦਾ ਹੈ। ਜਿੰਨੇ ਉਹਦੇ ਲਈ ਭੁੱਖੇ ਨੇ ਉਹ ਰੱਜਣ ਦੇ ਲਈ ਤਿਆਰ ਹੋ ਜਾਈਏ। ਬਹੁਤ ਲੋਕ ਇੱਥੇ ਮੂੰਹ ਬੰਦ ਕਰਕੇ ਖੜੇ ਨੇ, ਬਹੁਤ ਲੋਕ ਆਪਣੇ ਮੂੰਹ ਤੋਂ ਕੁਛ ਨਹੀਂ ਬੋਲ ਰਹੇ, ਆਪਣੇ ਬੁੱਲਾਂ ਨੂੰ ਚਪੇ ਕੇ ਖੜੇ ਹੋਏ ਨੇ, ਉਹ ਕੁਛ ਵੀ ਇਸ ਪਹਾੜ ਤੋਂ ਪ੍ਰਾਪਤ ਨਹੀਂ ਕਰ ਸਕਦੇ। ਅਗਰ ਤੁਸੀਂ ਆਸ਼ੀਸ਼ ਲੈਣੀ ਹੈ ਤੇ ਇਸ ਪਹਾੜ ਤੇ ਚੜ੍ਹਨਾ ਪਏਗਾ, ਇਸ ਪਹਾੜ ਤੇ ਪ੍ਰਭੂ ਦੇ ਚਿਹਰੇ ਨੂੰ ਵੇਖਣਾ ਪਏਗਾ। ਉਹਦਾ ਅਭਿਸ਼ੇਕ ਬਹੁਤ ਭਾਰੀ ਇਸ ਜਗ੍ਹਾ ਤੇ ਹੈ। ਆਪਣੇ ਮੂੰਹ ਨੂੰ ਖੋਲੀਏ ਔਰ ਆਪ ਕਹੀਏ, ਪ੍ਰਭੂ ਮੈਂ ਪਹਾੜ ਦੇ ਉੱਪਰ ਆ ਗਿਆ, ਮੈਨੂੰ ਮਦਦ ਇੱਥੋਂ ਮਿਲੇਗੀ, ਮੇਰੇ ਨਾਲ ਗੱਲ ਕਰ। ਹਾਲੇਲੂਇਆ, ਜਿਵੇਂ ਤੂੰ ਮੂਸਾ ਦੇ ਨਾਲ ਗੱਲ ਕੀਤੀ 40 ਦਿਨ ਤੇ 40 ਰਾਤ, ਮੂਸਾ ਤੇਰੀ ਮਹਿਮਾ ਦੇ ਨਾਲ ਭਰ ਗਿਆ, ਉਵੇਂ ਅੱਜ ਮੈਨੂੰ ਤੇਰੇ ਅਭਿਸ਼ੇਕ ਨਾਲ ਭਰ ਦੇ, ਮੈਨੂੰ ਅੱਜ ਤੇਰੀ ਮਹਿਮਾ ਨਾਲ ਭਰ ਦੇ, ਮੈਨੂੰ ਅੱਜ ਤੇਰੇ ਰੂਪ ਨਾਲ ਭਰ ਦੇ, ਮੈਨੂੰ ਅੱਜ ਤੇਰੀ ਰੂਹ ਦੇ ਨਾਲ ਭਰ ਦੇ। ਸਭ ਲੋਕ ਮੰਗੀ ਉਹ ਤੋਂ, ਕਮੋਨ, ਮੈਂ ਤੁਹਾਡੀ ਭੁੱਖ ਨੂੰ ਵੇਖਣਾ ਚਾਹੁੰਦਾ, ਪਰਮੇਸ਼ਵਰ ਤੁਹਾਡੀ ਭੁੱਖ ਨੂੰ ਵੇਖਣਾ ਚਾਹੁੰਦਾ ਹੈ ਜੋ ਪ੍ਰਭੂ ਦੇ ਲਈ ਤੁਹਾਡੇ ਕੋਲੇ ਹੈ। ਕੀ ਤੁਸੀਂ ਪ੍ਰਭੂ ਯੇਸ਼ੂ ਦੇ ਲਈ ਭੁੱਖੇ ਹੋ? ਕੀ ਤੁਸੀਂ ਉਹਦੇ ਅਭਿਸ਼ੇਕ ਦੇ ਲਈ ਭੁੱਖੇ ਹੋ? ਕੀ ਤੁਹਾਨੂੰ ਭੁੱਖ ਹੈ ਆਤਮਿਕ ਗੱਲਾਂ ਦੀ? ਆਤਮਿਕ ਗੱਲਾਂ ਦੀ ਭੁੱਖ, ਭਵਿੱਖਬਾਣੀਆਂ ਦੀ ਭੁੱਖ, ਆਤਮਿਕ ਵਰਦਾਨਾਂ ਦੀ ਭੁੱਖ, ਆਤਮਿਕ ਚੰਗਿਆਈ ਦੀ ਭੁੱਖ, ਆਤਮਿਕ ਛੁਟਕਾਰੇ ਦੀ ਭੁੱਖ, ਕਿੰਨੇ ਜਣੇ ਤੁਸੀਂ ਭੁੱਖੇ ਹੋ? ਅੱਜ ਪ੍ਰਭੂ ਤੁਹਾਨੂੰ ਰਜਾਏਗਾ। ਆਪਣੀ ਭੁੱਖ ਨੂੰ ਉਹਦੇ ਅੱਗੇ ਰੱਖੀਏ,
ਆਪਣੀ ਭੁੱਖ ਨੂੰ ਪਰਮੇਸ਼ਵਰ ਦੇ ਅੱਗੇ ਰੱਖੀਏ। ਕਮ ਔਨ ਗਾਇਸ, ਰਿਸੀਵ ਇਟ, ਲੈ ਲੋ ਲੈ ਲੋ ਲੈ ਲੋ ਲੈ ਲੋ ਇਨ ਦਾ ਮਾਈਟੀ ਨੇਮ ਆਫ ਜੀਸਸ। ਆਰ ਯੂ ਹੰਗਰੀ? ਆਰ ਯੂ ਹੰਗਰੀ? ਪਰਮੇਸ਼ਵਰ ਨੌਜਵਾਨਾਂ ਨੂੰ ਆਪਣੀ ਸਾਮਰਥ ਨਾਲ ਭਰਨਾ ਚਾਹੁੰਦਾ ਹੈ। ਸਾਰੇ ਨੌਜਵਾਨ ਤਿਆਰ ਹੋ ਜਾਓ ਉਹਦੀ ਬਰਕਤ ਨੂੰ ਲੈਣ ਦੇ ਲਈ, ਆਤਮਿਕ ਅਭਿਸ਼ੇਕ ਨੂੰ ਲੈਣ ਦੇ ਲਈ, ਪਵਿੱਤਰ ਆਤਮਾ ਦੇ ਅਭਿਸ਼ੇਕ ਨੂੰ ਲੈਣ ਦੇ ਲਈ ਯਿਸੂ ਦੇ ਨਾਮ ਵਿੱਚ ਲੈ ਲਓ ਲੈ ਲਓ। ਇਹ ਅਭਿਸ਼ੇਕ ਤੁਹਾਡਾ ਅਭਿਸ਼ੇਕ ਹੈ। ਨਵੇਂ ਸਾਲ ਦੇ ਵਿੱਚ ਇੱਕ ਨਵਾਂ ਅਭਿਸ਼ੇਕ, ਨਵੀਂ ਤਾਕਤ, ਨਵੀਂ ਸਮਰਥ ਲੈ ਲਓ। ਰਿਸੀਵ ਇਟ ਇਨ ਦਾ ਮਾਈਟੀ ਨੇਮ ਆਫ ਜੀਸਸ। ਥੈਂਕ ਯੂ ਜੀਸਸ, ਹਾਲੇਲੂਇਆ। ਜਿੰਨੇ ਨੌਜਵਾਨ ਖੜੇ ਨੇ, ਜਿੰਨੇ ਬੱਚੇ ਖੜੇ ਨੇ, ਹੱਥ ਉਠਾ ਕੇ ਪ੍ਰਭੂ ਦੀ ਵਡਿਆਈ ਕਰਨ, ਹੱਥ ਉਠਾ ਕੇ ਪ੍ਰਭੂ ਦੀ ਵਡਿਆਈ ਕਰੀਏ। ਸਾਰੇ ਨੌਜਵਾਨ, ਸਾਰੇ ਨੌਜਵਾਨ ਜਿਹੜੇ ਚਿੰਤਾ ਦੇ ਵਿੱਚ ਨੇ, ਜਿਹੜੇ ਪਰੇਸ਼ਾਨੀ ਦੇ ਵਿੱਚ ਨੇ, ਪਰਮੇਸ਼ਵਰ ਗੱਲ ਕਰ ਰਿਹਾ ਹੈ। ਪ੍ਰਭੂ ਆਪਣੇ ਦਰਸ਼ਨਾਂ ਨੂੰ ਵਿਖਾ ਰਿਹਾ ਹੈ। ਪਹਾੜ ਦੇ ਉੱਤੇ ਚੜ ਜਾਓ, ਧਰਤੀ ਤੇ ਨਹੀਂ ਖੜਨਾ, ਉੱਪਰ ਆ ਜਾਓ। ਕਮ ਆਊਟ, ਕਮ ਆਊਟ ਇਨ ਦਾ ਨੇਮ ਆਫ ਜੀਸਸ। ਯਿਸੂ ਦੇ ਨਾਮ ਵਿੱਚ ਬਾਹਰ ਆ ਜਾਓ ਇਸ ਸੰਸਾਰ ਦੀਆਂ ਗੱਲਾਂ ਦੇ ਵਿੱਚੋਂ। ਯਿਸੂ ਦੇ ਨਾਮ ਵਿੱਚ ਇਸ ਸੰਸਾਰ ਦੇ ਵਿੱਚੋਂ ਬਾਹਰ ਆ ਜਾਓ। ਪ੍ਰਭੂ ਦੇ ਪਹਾੜ ਤੇ ਆ ਜਾਓ, ਪ੍ਰਭੂ ਦੇ ਪਹਾੜ ਤੇ ਆ ਜਾਓ, ਪ੍ਰਭੂ ਦੇ ਨਾਲ ਆ ਜਾਓ। ਪ੍ਰਭੂ ਦੇ ਨਾਲ ਸਮਾਂ ਬਿਤਾਈਏ ਨੌਜਵਾਨ, ਪਵਿੱਤਰ ਆਤਮਾ ਦੇ ਨਾਲ ਸਮਾਂ ਨੂੰ ਬਿਤਾਈਏ, ਪਵਿੱਤਰ ਆਤਮਾ ਨਾਲ ਗੱਲਾਂ ਕਰੀਏ, ਪਵਿੱਤਰ ਆਤਮਾ ਨਾਲ ਗੱਲਾਂ ਕਰੀਏ। ਸਭ ਲੋਕ ਪਵਿੱਤਰ ਆਤਮਾ ਨਾਲ ਗੱਲ ਕਰੀਏ, ਗੱਲ ਕਰੀਏ। ਉਹਦੀ ਸਾਮਰਥ ਇਸ ਜਗ੍ਹਾ ਤੇ ਹੈ, ਉਹ ਤੁਹਾਨੂੰ ਛੂ ਰਹੀ ਹੈ। ਸਾਰੇ ਬੰਧਨ ਯਿਸੂ ਦੇ ਨਾਮ ਵਿੱਚ ਟੁੱਟ ਜਾਣ, ਸਾਰੇ ਬਲੋਕੇਜ ਯਿਸੂ ਦੇ ਨਾਮ ਵਿੱਚ ਖੁੱਲ ਜਾਣ। ਪਰਮੇਸ਼ੁਰ ਵਾਅਦਾ ਕਰ ਰਿਹਾ ਹੈ। ਯਸ਼ਾਇਆ ਦੀ ਪੁਸਤਕ 54 ਅਧਿਆਇ ਦੇ 10 ਵਚਨ ਦੇ ਵਿੱਚ ਪਰਮੇਸ਼ੁਰ ਵਾਅਦਾ ਕਰ ਰਿਹਾ ਹੈ। ਪਰਮੇਸ਼ੁਰ ਇਸਰਾਇਲ ਦਾ ਪਰਮੇਸ਼ੁਰ ਯਹੋਵਾ ਪਰਮੇਸ਼ੁਰ ਕਹਿ ਰਿਹਾ ਹੈ, ਭਾਵੇਂ ਪਹਾੜ ਜਾਂਦੇ ਰਹਿਣ, ਭਾਵੇਂ ਟਿੱਲੇ ਹਿਲਾਏ ਜਾਣ, ਪਰ ਮੇਰੀ ਦਇਆ ਤੇ ਇੱਥੋਂ ਜਾਂਦੀ ਨਾ ਰਹੇਗੀ, ਮੇਰੀ ਦਇਆ ਤੇਰੇ ਉੱਪਰ ਹੋਏਗੀ। ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ ਨਹੀਂ। ਯਹੋਵਾ ਤੇਰਾ ਦਿਆਲੂ, ਤੇਰਾ ਪਰਮੇਸ਼ਵਰ ਆਖਦਾ ਹੈ। ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ, ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਹੀਂ ਟਲਣਗੇ। ਮੇਰੇ ਵਚਨ ਕਦੇ ਨਹੀਂ ਟਲਣਗੇ। ਪਰਮੇਸ਼ਵਰ ਦਾ ਵਚਨ ਸਥਿਰ ਹੈ, ਸਥਿਰ ਹੈ, ਸਥਿਰ ਹੈ। ਪ੍ਰਭੂ ਦਾ ਵਚਨ ਸਥਿਰ ਹੈ, ਉਹਦੀ ਆਵਾਜ਼, ਉਹਦਾ ਸ਼ਬਦ ਸਥਿਰ ਹੈ। ਰਬਾਲਾ ਰਬਾ ਸ਼ੰਦਾ ਰਬਾ ਅੰਦਰ ਬੇਸ਼ਖਾਂਦਾਰਾ ਅੰਦਰ
बात करो यीशु, आप मुझसे बात करो। सारे बुजुर्ग प्रभु दे नाल गल करन दे लई तैयार हो जाओ, प्रभु तुहाडे नाल गल करेगा। हालेलुया। प्रभु दे वचन दे विच लिखिया है बुढ़े सुपने वेखणगे। हालेलुया। अज परमेश्वर तुहाडे नाल गल करन जा रहा अपनी हजूरी दे विच। ओनू पुकारिए, सारे बुजुर्ग लोग जिन्ने खड़े ने ओनू पुकारिए, ओनू कहिए यीशु आप मुझसे बात करो, यीशु आप मुझसे बात करो, यीशु आप मुझसे बात करो, यीशु अखा नु बंद करके आप मुझसे बात। मीका दी पुस्तक दे विच, मीका नवी दी किताब उदा एक अध्याय उदे चार वचन दे विच लिखिया है पहाड़ उदे हेठों बंदर जानगे, खड्डां चीरियां जानगियां, जिमें अग दे अगे मोम, जिमें काट उत्तों पानी वगदा है उमें पहाड़ हिलाए जानगे, उमें वैलीज हिलाईयां जानगियां। उदी सामर्थ एडी शक्तिशाली है, ओदी ताकत अलौकिक है, पहाड़ ओदे अगे खड़ नहीं सकते। जरीहो दी दीवार नू हलाउण वाला मेरा यीशु, समुंदर दे विचों दी इसराइलियां नू लिंगाउण वाला मेरा यीशु, ओ पानी नू दो भागां दे विच खड़ वाला मेरा परमेश्वर, इसराइल दा परमेश्वर आज इस जगह ते है। हालेलुया। जिड़ा मर्जी समुंदर तुहाडे अगे क्यों ना होवे, मेरा परमेश्वर ओनू दो भाग कर सकता है। जिन्ना मर्जी पहाड़, जिन्नी मर्जी समस्यावा, जिड़ी मर्जी बीमारी तुहाडे अगे क्यों ना खड़ी होवे, जिड़ी मर्जी रुकावट तुहाडे अगे क्यों ना खड़ी होवे, जे मेरे यहोवा परमेश्वर इसराइल दे नाम दे उते जाओगे ते पानी भी दो फाड़ हो जाएगा, समुद्र भी फाड़ जाएगा, जिरीहो दी नदी रास्ता बना देगी, जर्दन दी नदी दे विचों दी रास्ता बन जाएगा। अंदर अलारा बारिश अंदरा ओ, 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 ये मेरे परमेश्वर दे नाते जाओगे पहाड़ दे विचों पानी बगा देवेगा। हो हालेलुया। स्वर्ग खोल देवेगा हो मन्ने दे लई, स्वर्ग खोल देवेगा हो आशीषां दे लई, स्वर्ग खोल देगा परकता दे लई। नाहूम नवी दी किताब एक दे दे पांच वचन दे विच परमेश्वर यों फरमाउंदा है, ए परमेश्वर दी बाणी है, पहाड़ ओदे अगे कंबदे हन, टिल्ले पंगर जांदे हन, धरती ओदे अगो उभर जांदी है, जगत अर ओदे वासी ओदे अगो टल जांदे हन। औसम औसम महान परमेश्वर, ओदी सामर्थ महान ते भयानक है। शैतान दे गढ़ां नूं टौण वाला मेरा यीशु, मेरा परमेश्वर ओ सामर्थ दे नाल जिहड़ी प्रभु ने वायदा कीता है अज सानूं भरना चाहुंदा है। 2019 दे विच आत्मिक बरकतां नूं लैण दे लई तैयार हो जाओ। कमॉन, तैयार हो जाओ। 2019 दे विच परमेश्वर दे बनन दे लई, परमेश्वर दे बेटे ते बेटियां कहाउण दे लई,
ਪ੍ਰਭੂ ਦੇ ਨਾਮ ਉੱਤੇ ਵੱਡੇ ਵੱਡੇ ਚਮਤਕਾਰ ਕਰਨ ਦੇ ਲਈ ਤਿਆਰ ਹੋ ਜਾਓ। ਪ੍ਰਭੂ ਦੇ ਨਾਮ ਵਿੱਚ ਵੱਡੀ ਵੱਡੀ ਚੰਗਿਆਈ ਕਰਨ ਦੇ ਲਈ ਤਿਆਰ ਹੋ ਜਾਓ। ਪ੍ਰਭੂ ਯੇਸ਼ੂ ਦੇ ਨਾਮ ਵਿੱਚ ਪਰਮੇਸ਼ਰ ਦਾ ਵਚਨ ਅੱਜ ਕਲੀਸੀਆ ਨੂੰ ਕਹਿ ਰਿਹਾ ਹੈ। ਪ੍ਰਭੂ ਯੇਸ਼ੂ ਕਹਿ ਰਹੇ ਨੇ ਮੈਂ ਆਪਣੀ ਕਲੀਸੀਆ ਬਣਾਵਾਂਗਾ ਔਰ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਹੀਂ ਚੱਲੇਗਾ। I will shake the nations. Darala raba shandara ho. Hallelujah. Hallelujah. Thank you Jesus. ਪਰਮੇਸ਼ੁਰ ਕਹਿ ਰਿਹਾ ਜ਼ਬੂਰ 2 ਅਧਿਆਇ ਉਹਦਾ 8 ਵਚਨ, ਮੈਥੋਂ ਮੰਗ ਮੈਂ ਕਹਾਂ ਤੇਰੀ ਮਿਰਾਸ ਅਤੇ ਧਰਤੀ ਦੇ ਕੰਡੇ ਤੇਰੀ ਮਿਲਖ ਕਰ ਦਿਆਂਗਾ। ਜਿਹੜੇ ਲੋਕ ਕਹਿ ਰਹੇ ਨੇ ਕਲੀਸੀਆ ਦੀ ਸੇਵਕਾਈ ਬੜੀ ਔਖੀ ਹੈ, ਜਿਹੜੇ ਬੱਚੇ ਕਹਿ ਰਹੇ ਨੇ ਮੈਂ ਕਿਹਦੇ ਕੋਲ ਜਾਵਾਂ ਗਵਾਹੀ ਦੇਣ ਦੇ ਲਈ, ਪਰਮੇਸ਼ੁਰ ਉਹਨਾਂ ਦੇ ਨਾਲ ਵਾਅਦਾ ਕਰ ਰਿਹਾ ਹੈ ਨਵੇਂ ਸਾਲ ਦੇ ਵਿੱਚ। ਪ੍ਰਭੂ ਉਹਨਾਂ ਨੂੰ ਕਹਿ ਰਿਹਾ ਮੈਥੋਂ ਮੰਗ ਮੈਂ ਕਹਾਂ ਤੇਰੀ ਮਿਰਾਸ ਕਰ ਦਿਆਂਗਾ, ਧਰਤੀ ਦੇ ਕੰਡੇ ਤੇਰੀ ਮਿਲਖ ਕਰ ਦਿਆਂਗਾ। ਰਸੀਵ ਇਟ, ਲੈ ਲਓ ਯੇਸ਼ੂ ਦੇ ਨਾਮ ਵਿੱਚ ਇਸ ਵਚਨ ਨੂੰ ਲੈ ਲਓ। ਨੌਜਵਾਨਾਂ ਨੂੰ ਪ੍ਰਭੂ ਕਹਿ ਰਿਹਾ, ਨੌਜਵਾਨ ਬੱਚੇ ਬੱਚਿਆਂ ਨੂੰ ਪ੍ਰਭੂ ਕਹਿ ਰਿਹਾ ਗਵਾਹੀ ਦੇਣ ਦੇ ਲਈ, ਮੇਰੇ ਵਚਨ ਦਾ ਪ੍ਰਚਾਰ ਕਰਨ ਦੇ ਲਈ। ਮੈਥੋਂ ਮੰਗ ਮੈਂ ਤੈਨੂੰ ਕੌਮਾਂ ਦਿਆਂਗਾ, ਧਰਤੀ ਦੇ ਕੰਡੇ ਮੈਂ ਤੇਰੀ ਮਿਲਖ ਕਰ ਦਿਆਂਗਾ। ਥੈਂਕ ਯੂ ਜੀਸਸ। Andar bashandara la rama bashandara hallelujah na 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 hallelujah oh ho oh, 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 hallelujah 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 ਮਤੀ ਰਚਿਤ ਸੁਸਮਾਚਾਰ 17 ਅਧਿਆਏ ਉਹਦਾ 20 ਵਚਨ, ਪਰਮੇਸ਼ਰ ਇਸ ਤਰ੍ਹਾਂ ਵਾਅਦਾ ਕਰ ਰਿਹਾ ਹੈ। ਉਸਨੇ ਉਹਨਾਂ ਨੂੰ ਕਿਹਾ ਆਪਣੀ ਘੱਟ ਨੀਚਾ ਦੇ ਕਾਰਨ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਇੱਕ ਰਾਈ ਦੇ ਦਾਣੇ ਦੇ ਸਮਾਨ ਨੀਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇਧਰੋਂ ਹਟ ਕੇ ਉਸ ਥਾਂ ਚੱਲਿਆ ਜਾ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ। ਕਲੀਸੀਆ ਨੂੰ ਪਰਮੇਸ਼ਰ ਕਹਿ ਰਹੇ ਨੇ, ਕਲੀਸੀਆ ਦੇ ਨਾਲ ਪ੍ਰਭੂ ਯੇਸ਼ੂ ਮਸੀਹ ਵਾਅਦਾ ਕਰ ਰਹੇ ਨੇ ਕਿ 2019 ਦੇ ਵਿੱਚ ਜੇਕਰ ਤੁਹਾਡੇ ਕੋਲ ਵਿਸ਼ਵਾਸ ਹੋਵੇ ਰਾਈ ਦੇ ਦਾਣੇ ਦੇ ਸਮਾਨ ਤੇ ਤੁਹਾਡੇ ਲਈ ਕੋਈ ਕੰਮ ਅਣਹੋਣਾ ਨਾ ਹੋਵੇਗਾ। Nothing is impossible for you. ਤੁਹਾਡੇ ਲਈ ਕੋਈ ਕੰਮ ਅਣਹੋਣਾ ਨਾ ਹੋਵੇਗਾ, ਤੁਹਾਡੇ ਲਈ ਕੋਈ ਕੰਮ ਅਣਹੋਣਾ ਨਾ ਹੋਵੇਗਾ। ਜੇਕਰ ਇੱਥੇ ਕੋਈ ਐਸਾ ਵਿਅਕਤੀ ਖੜਾ ਹੈ ਜਿਹੜਾ ਕਹਿੰਦਾ ਮੈਂ ਨਹੀਂ ਕਰ ਸਕਦਾ, ਮੇਰੇ ਲਈ ਇਹ ਅਸੰਭਵ ਨਹੀਂ ਹੈ, ਜੇ ਕੋਈ ਕਹਿੰਦਾ ਕਿ ਮੈਂ ਬਹੁਤ ਕਮਜ਼ੋਰ ਹਾਂ, ਅੱਜ ਪਰਮੇਸ਼ੁਰ ਦੇ ਵਾਅਦੇ ਦੇ ਵਚਨ ਨੂੰ ਲੈ ਜਾਈਏ। ਪ੍ਰਭੂ ਕਹਿ ਰਿਹਾ ਹੈ ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਵਿਸ਼ਵਾਸ ਜਿੰਨਾ ਹੋਵੇ ਤੁਹਾਡੇ ਲਈ ਕੋਈ ਕੰਮ ਅਣਹੋਣਾ ਨਹੀਂ ਹੋਵੇਗਾ। ਪਰਮੇਸ਼ੁਰ ਦਾ ਧੰਨਵਾਦ ਕਰੀਏ ਉਹਦੇ ਵਚਨ ਦੇ ਲਈ, ਪ੍ਰਭੂ ਦਾ ਧੰਨਵਾਦ ਕਰੀਏ ਉਹਦੇ ਵਾਅਦੇ ਦੇ ਵਚਨ ਦੇ ਲਈ। ਮਤੀ ਦੀ ਅੰਜੀਲ 21 ਅਧਿਆਏ 21 ਵਚਨ ਦੇ ਵਿੱਚ ਲਿਖਿਆ ਹੈ, ਯੇਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਤ ਆਖਦਾ ਹਾਂ, ਭਾਈ ਜੇ ਤੁਹਾਨੂੰ ਨੇਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹ ਨਹੀਂ ਕਰੋਗੇ,
ਜੋ ਹੰਜ਼ੀਰ ਦੇ ਬ੍ਰਿਕਸ਼ ਨਾਲ ਹੋਇਆ। ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਅਤੇ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਏਗਾ। ਅਤੇ ਸਭ ਕੁਝ ਜੋ ਤੁਸੀਂ ਨੇਜਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ। ਨੇਜਾ ਨਾਲ ਜੋ ਕੁਝ ਪ੍ਰਾਰਥਨਾ ਕਰਕੇ ਮੰਗੋ ਉਹ ਪਾਓਗੇ। ਨੇਜਾ ਨਾਲ ਪ੍ਰਾਰਥਨਾ ਕਰਕੇ ਜੋ ਮੰਗੋ ਪ੍ਰਭੂ ਕਹਿ ਰਿਹਾ ਉਹ ਪਾਓਗੇ, ਉਹ ਮਿਲੇਗਾ। ਯਸ਼ੂ ਦੇ ਨਾਂ ਵਿੱਚ ਮਿਲੇਗਾ। ਰਸੀਵ ਇਟ ਇਨ ਦ ਨੇਮ ਆਫ ਜੀਸਸ। ਮਾਈ ਹੈਲਪ ਵਿਲ ਕਮ ਫਰੋਮ ਦ ਲਾਰਡ। ਮੇਰੀ ਮਦਦ ਇਸਰਾਇਲ ਦੇ ਪਰਮੇਸ਼ਵਰ ਤੋਂ ਆਏਗੀ। ਮੇਰੀ ਮਦਦ ਯਹੋਵਾ ਪਰਮੇਸ਼ਵਰ ਤੋਂ ਆਏਗੀ। ਜੇਕਰ ਪਹਾੜ ਦੇ ਉੱਤੇ ਯਿਸੂ ਮਸੀਹ ਦੇ ਨਾਲ ਸਮਾਂ ਬਿਤਾਓਗੇ ਤੁਸੀਂ ਜਿਵੇਂ ਹੈਗੇ ਉਵੇਂ ਨਹੀਂ ਰਹੋਗੇ, ਤੁਸੀਂ ਬਦਲ ਜਾਓਗੇ। ਹਾਲੇਲੂਇਆ। ਡਿਪੈਂਡਸ ਤੁਸੀਂ ਕਿੰਨਾ ਸਮਾਂ ਪਹਾੜ ਦੇ ਉੱਤੇ ਯਿਸੂ ਮਸੀਹ ਦੇ ਨਾਲ ਬਿਤਾਉਂਦੇ ਹੋ। ਪ੍ਰਭੂ ਯਿਸੂ ਨਿਰਾਲੇ ਦੇ ਵਿੱਚ ਸਾਰੀ ਸਾਰੀ ਰਾਤ ਪਹਾੜਾਂ ਦੇ ਉੱਤੇ ਪ੍ਰਾਰਥਨਾ ਕਰਨ ਲਈ ਚਲੇ ਜਾਂਦੇ ਸਨ। ਸਾਰੀ ਸਾਰੀ ਰਾਤ ਪਿਤਾ ਪਰਮੇਸ਼ਵਰ ਦੇ ਨਾਲ ਸਮਾਂ ਬਿਤਾਉਂਦੇ ਸਨ। ਤੁਸੀਂ ਕਿੰਨਾ ਸਮਾਂ ਆਪਣੇ ਪਰਮੇਸ਼ਵਰ ਦੇ ਨਾਲ ਇਕਾਂਤ ਵਿੱਚ ਨਿਰਾਲੇ ਵਿੱਚ ਬਤੀਤ ਕਰਦੇ ਹੋ। ਸੀਕ੍ਰੇਟ ਪਲੇਸ ਆਫ ਗਾਡ। ਕੀ ਤੁਹਾਡੇ ਘਰ ਦੇ ਵਿੱਚ ਉਹ ਸਮਾਂ ਉਹ ਪਹਾੜ ਹੈ ਜਿੱਥੇ ਇਕੱਲੇ ਵਿੱਚ ਤੁਸੀਂ ਆਪਣੇ ਪਰਮੇਸ਼ਵਰ ਨੂੰ ਮਿਲਦੇ ਹੋ? ਪ੍ਰਾਰਥਨਾ ਕਰਨ ਦਾ ਸਥਾਨ, ਪ੍ਰਾਰਥਨਾ ਕਰਨ ਦਾ ਪਹਾੜ, ਇਕਾਂਤ ਸਥਾਨ ਜਿੱਥੇ ਤੁਹਾਨੂੰ ਕੋਈ ਤੰਗ ਨਾ ਕਰ ਸਕੇ, ਜਿੱਥੇ ਤੁਹਾਨੂੰ ਤੇ ਤੁਹਾਡੇ ਪਰਮੇਸ਼ਵਰ ਨੂੰ ਮਿਲਣ ਤੋਂ ਕੋਈ ਰੋਕ ਨਾ ਸਕੇ। ਮੂਸਾ ਸਾਰੇ ਇਸਰਾਇਲੀਆਂ ਨੂੰ ਛੱਡ ਕੇ, ਲੱਖਾਂ ਦੀ ਭੀੜ ਨੂੰ ਛੱਡ ਕੇ ਸਿਨਾਈ ਪਰਬਤ ਦੇ ਉੱਤੇ ਚੜ੍ਹ ਗਿਆ, ਪਹਾੜ ਦੇ ਉੱਤੇ ਚੜ੍ਹ ਗਿਆ, ਔਰ ਉੱਥੇ ਪਰਮੇਸ਼ਵਰ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਵਚਨ ਦੇ ਵਿੱਚ ਲਿਖਿਆ ਜਦੋਂ 40 ਦਿਨਾਂ ਤੋਂ ਬਾਅਦ ਉਹ ਧਰਤੀ ਦੇ ਉੱਤੇ ਵਾਪਸ ਆਇਆ ਤੇ ਇਸਰਾਇਲੀ ਵੇਖ ਕੇ ਡਰ ਗਏ। ਮੂਸਾ ਦੇ ਵਿੱਚ ਪਰਮੇਸ਼ਵਰ ਦਾ ਰੂਪ ਸੀ, ਮੂਸਾ ਦੇ ਚਿਹਰੇ ਉੱਤੇ ਪਰਮੇਸ਼ਵਰ ਦਾ ਨੂਰ ਸੀ, ਮੂਸਾ ਦੇ ਚਿਹਰੇ ਉੱਤੇ ਉਦਾਸੀ ਨਹੀਂ ਸੀ, ਉਹਦਾ ਚਿਹਰਾ ਪ੍ਰਭੂ ਦੇ ਆਤਮਾ ਨਾਲ ਪ੍ਰਭੂ ਦੀ ਸਾਮਰਥ ਨਾਲ ਭਰਿਆ ਹੋਇਆ ਸੀ। ਪਰਮੇਸ਼ਵਰ ਦੀ ਸਾਮਰਥ ਉਹਦੇ ਨਾਲ ਸੀ। ਇਸੇ ਕਰਕੇ ਪਰਮੇਸ਼ਵਰ ਮੂਸਾ ਦੇ ਨਾਲ ਵੱਡੇ ਵੱਡੇ ਕੰਮ ਕਰਦਾ ਸੀ, ਕਿਉਂਕਿ ਉਹ 40 ਦਿਨ ਤੇ 40 ਰਾਤ ਉਸਨੇ ਪਹਾੜ ਉੱਤੇ ਪ੍ਰਭੂ ਦੇ ਨਾਲ ਸਮਾਂ ਬਿਤਾਇਆ ਸੀ। ਅੱਜ ਤੁਹਾਡੇ ਵਿੱਚੋਂ ਪਰਮੇਸ਼ਵਰ ਬੁਲਾ ਰਿਹਾ ਹੈ ਨੌਜਵਾਨਾਂ ਨੂੰ, ਭੈਣਾਂ ਨੂੰ, ਭਾਈਆਂ ਨੂੰ, ਜਿਹੜੇ 40 ਦਿਨ ਅਤੇ ਰਾਤ ਪਰਮੇਸ਼ਵਰ ਦੇ ਨਾਲ ਪਹਾੜ ਉੱਤੇ ਸਮਾਂ ਬਿਤਾ ਸਕਣ। ਪ੍ਰਾਰਥਨਾ ਦੇ ਵਿੱਚ 40 ਦਿਨ ਤੇ 40 ਰਾਤ ਯੂ ਵਿਲ ਨਾਟ ਬੀ ਦ ਸੇਮ। ਤੁਸੀਂ ਉਹੀ ਨਹੀਂ ਰਹੋਗੇ। ਪਰਮੇਸ਼ਵਰ ਤੁਹਾਡੇ ਦੁਆਰਾ ਵੀ ਵੱਡੇ ਤੇ ਅਲੌਕਿਕ ਕੰਮ ਕਰ ਸਕਦਾ ਹੈ। ਅੱਜ ਸਮਰਪਿਤ ਕਰੀਏ ਆਪਣਾ ਜੀਵਨ ਪ੍ਰਭੂ ਨੂੰ। ਲਾਰਡ, ਆਈ ਵਾਂਟ ਟੂ ਸਪੈਂਡ ਮਾਈ ਟਾਈਮ ਵਿਦ ਯੂ, ਆਈ ਵਾਂਟ ਟੂ ਸਪੈਂਡ ਮਾਈ ਲਾਈਫ ਵਿਦ ਯੂ। ਪ੍ਰਭੂ, ਮੈਂ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਤੇਰੇ ਨਾਲ ਇਕਾਂਤ ਵਿੱਚ ਪਹਾੜ ਤੇ ਬਤੀਤ ਕਰਨਾ ਚਾਹੁੰਦਾ ਹਾਂ। ਮੈਨੂੰ ਆਪਣੇ ਨੂਰ ਨਾਲ, ਮੈਨੂੰ ਆਪਣੇ ਅਨੁਗ੍ਰਹਿ ਨਾਲ, ਮੈਨੂੰ ਆਪਣੇ ਤਰਸ ਨਾਲ, ਮੈਨੂੰ ਆਪਣੇ ਅਭਿਸ਼ੇਕ ਨਾਲ, ਮੈਨੂੰ ਆਪਣੀ ਦਇਆ ਦੇ ਨਾਲ, ਮੈਨੂੰ ਆਪਣੀ ਰੂਹਾਨੀਅਤ ਦੇ ਨਾਲ ਭਰ ਦੇ, ਮੈਨੂੰ ਆਪਣੇ ਨੂਰ ਦੇ ਨਾਲ ਭਰ ਦੇ, ਮੈਨੂੰ ਆਪਣੇ ਗ੍ਰੇਸ ਦੇ ਨਾਲ ਭਰ ਦੇ, ਮੈਨੂੰ ਆਪਣੀ ਮਹਿਮਾ ਦੇ ਨਾਲ ਭਰ ਦੇ। ਯੈਸ ਲਾਰਡ। ਹਾਊ ਮਨੀ ਆਫ ਯੂ ਰੈਡੀ? ਤੁਹਾਡੇ ਵਿੱਚੋਂ ਕਿੰਨੇ ਜਣੇ ਤਿਆਰ ਨੇ ਜਿਹੜੇ 2019 ਵਿੱਚ ਪ੍ਰਭੂ ਦੇ ਨਾਲ ਸਮਾਂ ਬਿਤਾਉਣਗੇ, ਦੁਨੀਆਂ ਨੂੰ ਛੱਡ ਕੇ, ਦੁਨੀਆਂ ਦੇ ਕੰਮਾਂ ਨੂੰ ਛੱਡ ਕੇ, ਸੰਸਾਰਿਕ ਗੱਲਾਂ ਨੂੰ ਛੱਡ ਕੇ? ਕੀ ਇਸ ਸਾਲ ਵਿੱਚ ਤੁਸੀਂ ਵਾਅਦਾ ਕਰਦੇ ਹੋ ਕਿ ਪ੍ਰਭੂ, ਮੈਂ ਇਕਾਂਤ ਵਿੱਚ ਹਰ ਦਿਨ ਆਪਣੀ ਜ਼ਿੰਦਗੀ ਦਾ ਹਰ ਪਲ ਤੇਰੇ ਨਾਲ, ਤੇਰੀ ਹਜ਼ੂਰੀ ਦੇ ਵਿੱਚ ਬਿਤਾਉਣਾ ਚਾਹੁੰਦਾ ਹਾਂ। ਮੈਂ ਰਾਤਾਂ, ਆਪਣੀ ਜ਼ਿੰਦਗੀ ਦੀਆਂ ਰਾਤਾਂ ਜਦੋਂ ਮੈਂ ਸੌਂਦਾ ਹਾਂ, 2018 ਵਿੱਚ ਮੈਂ ਸੌਂਦਾ ਸੀ, 2019 ਵਿੱਚ ਮੈਂ ਸੌਵਾਂਗਾ ਨਹੀਂ, ਮੈਂ ਤੇਰੇ ਨਾਲ ਗੱਲਾਂ ਕਰਾਂਗਾ। ਹਾਲੇਲੂਇਆ।
सारी सारी रात मैं तेरे नाल गल्लां करांगा। वादा करिए प्रभु दे नाल, प्रभु मैनू तुसी चाहिए हो, मैनू तुहाडा अभिषेक चाहिए है, मैनू तुहाडी सामर्थ चाहिए है, मैं तुहाडा बेटा बनना चाहुंदा हाँ, मेरे जीवन नू बदल दे, मेरे ते दया कर, मैं तेरे लिए जीना चाहुंदा हाँ। थैंक यू जीसस। प्रभु यीशु मसीह दे नाम विच सब कहिए आमीन। उच्ची आवाज विच कहिए आमीन। थैंक यू जीसस। लॉर्ड वी ब्लेस योर होली नेम। आइए परमेश्वर दे लई जोर दे नाल ताड़ियां बजाइए, ओदी आत्मा दे लई ताड़ियां बजाइए, ओदी सामर्थ लई। कम ऑन सब लोग, ओदी महिमा करिए, ओदी वड्याई करिए। थैंक यू जीसस, थैंक यू जीसस, थैंक यू जीसस, थैंक यू जीसस। हालेलुया, 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 हालेलुया। ग्लोरी टू गॉड, ग्लोरी टू गॉड। थैंक यू लॉर्ड, थैंक यू लॉर्ड, थैंक यू जीसस, थैंक यू जीसस। हालेलुया, धन्यवाद, 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 धन्यवाद। प्रेयर करेंगे बस मुबारक नाम। प्रभु जी धन्यवाद करते हैं सुंदर समय के लिए जो आपने हमें दिया। प्रभु जी इस समय के लिए प्रभु जी कि हम आपके चरणों में इस समय को बिताएं। प्रभु प्रभु जी बहुत से लोग थे जो इस सुंदर समय को अपने जीवन में ग्रहण नहीं कर पाए। प्रभु आपने हमें आज की सुबह, आज की दोपहर जैसे सिखाया कि प्रभु जी अगर हमने आपसे आशीष पाना है तो हमें अलग स्थान में जाना होगा। हालेलुया। प्रभु हमारी अगुवाई करें, जैसे आपने पतरस यूहन्ना की अगुवाई की, आपने उनको साथ अपने साथ लिया। प्रभु जी हम आपके साथ जाना चाहते हैं। प्रभु जी वो आपके साथ आए प्रभु जी जब उनके जीवन में इच्छा थी। प्रभु जी आपने उन्हें बुलाया। प्रभु जी आज का वो दिन है प्रभु जी जब आपने हमें सबको बुलाया है कि प्रभु जी हम आपके उस स्थान में जाने पाए, उस स्थान को प्रभु जी ग्रहण करने पाए अपने जीवन में। यहाँ से तू बातचीत करता है प्रभु जी, यहाँ से लोग आपके चेहरे को देखते हैं प्रभु जी। प्रभु जी जब आपने मूसा को अपने आप को दिखाया तो लोग उसको देख नहीं पाए प्रभु जी, लोग गिर पड़े प्रभु जी। प्रभु जी हम आपके उसी अभिषेक को चाहते हैं, आपके उसी अनुग्रह को चाहते हैं प्रभु जी, आपके उसी उसी प्रभु जी अभिषेक को चाहते हैं कि वो अभिषेक हमारे ऊपर आए प्रभु जी। और प्रभु जी जब हम आपकी महिमा के लिए खड़े हों प्रभु जी, जब हम आपके लिए बजाने के लिए खड़े हों प्रभु जी, जब हम आपके लिए गाने के लिए खड़े हों प्रभु जी, तो लोग सेवा के लिए खड़े ना रहने पाए प्रभु, वो आपके अभिषेक के साथ भर जाए प्रभु, वो आपके आत्मा के अभिषेक के साथ भर जाए प्रभु जी, वो आपके आत्मा के अभिषेक के साथ भर जाए प्रभु। हम प्रभु जी इन आशीषों को जो आज आपने हमारे जीवन में बांटी हैं, आज हमारे बीच में बांटी हैं प्रभु जी, अपने जीवन में हर एक आशीष को ग्रहण करते हैं प्रभु जी। हर एक बहन भाई आपके अभिषेक के साथ भर के जाए प्रभु जी, हर एक बहन भाई इसको अपने साथ बनाए रखे प्रभु जी, हमारे अगुवाई करे। हर एक बहन भाई प्रभु जी इसको अपने साथ लेकर के जाए प्रभु जी और दूसरों के साथ बांटने वाला बन जाए प्रभु जी। प्रभु जी तेरे दास भाई प्रीत के लिए धन्यवाद करते प्रभु जी, आपने उसे इस्तेमाल किया। मैं प्रार्थना करता हूँ आने वाले दिनों में और भी गहराई से इस्तेमाल करें आपके अभिषेक के लिए जो आपने उस पर रखा है प्रभु जी। धन्यवाद करता हूँ प्रभु जी, होने दे प्रभु जी वो आपके अभिषेक में चलता रहे प्रभु जी।